ਇਹ ਤੁਹਾਡੀਆਂ ਦੋਸਤ ਸੀ ਬੀਬੀਆਂ ਜਾਂ ਕੀ ਸੀ ਇੰਨੇ ਵੱਡੇ ਪੱਦਰ ਦੇ ਉੱਤੇ ਆਡੀਓ ਕਲਿੱਪ ਵਾਇਰਲ ਹੋ ਗਈਆਂ ਤੁਹਾਡੇ ਘਰੇਲੂ ਸਥਿਤੀ ਦੇ ਉੱਤੇ ਕੀ ਅਸਰ ਪਿਆ ਉਹਦਾ ਇੰਨੇ ਲੋਕਾਂ ਨੇ ਤੁਹਾਡੇ ਨਾਲ ਫੋਟੋਆਂ ਖਿਚਾ ਲਈਆਂ ਤੇ ਉਹ ਕੀ ਕਹਦੇ ਰਹੇ ਤੁਹਾਨੂੰ ਆ ਕੀ ਸੰਗਾ ਸਾਹਿਬ ਦਾ ਕਿਰਦਾਰ ਸਹੀ ਨਹੀਂ ਹਾਂ ਚਰਿੱਤਰ ਸਹੀ ਨਹੀਂ ਹਾਂ ਕੁੜੀਆਂ ਨਾਲ ਗੱਲਾਂ ਕਰਦਾ ਲੋਕਾਂ ਨੇ ਇਹਦੇ ਤੇ ਸਵਾਦ ਲਿਆ ਹਾਂ ਜਿਹੜੀਆਂ ਬੀਬੀਆਂ ਦੇ ਨਾਲ ਜਿਹੜੀਆਂ ਕੁੜੀਆਂ ਚੜੀਆਂ ਨਾਲ ਤੁਹਾਡੀਆਂ ਆਡੀਓ ਕਲਿੱਪ ਵਾਇਰਲ ਹੋਈਆਂ ਉਹ ਤੁਹਾਡੇ ਹੁਣ ਵੀ ਸੰਪਰਕ ਦੇ ਵਿੱਚ ਆ ਕਦੇ-ਕਦੇ ਫੋਨ ਦੇ ਟੱਲੀ ਮਾਰ ਲੈਨੇ ਉਧਰ ਕ ਨਹੀਂ ਨੰਬਰ ਨੰਬਰ ਉਹਨਾਂ ਦੇ ਹੈਗੇ ਕਿ ਡਿਲੀਟ ਕਰਤੇ ਬੀਬੀਆਂ ਦੇ ਸਾਰੀਆਂ ਦੇ ਫੇਰ ਆਨੰਦ ਬਰਾਤ ਹਾਂ ਲੈਂਦਾ ਤਰੋਂ ਮੈਂ ਪਾਗਾਂ ਅੰਦਰ ਕਮਰੇ ਜੀ ਬੰਦਾ ਉਦੋਂ ਮੇਰਾ ਮਨ ਪਰ ਜਾਂਦਾ ਹਮ ਬੇਟੇ ਨੂੰ ਵੇਖ ਕੇ ਤੇ ਬਹੁਤ ਮੈਂ ਵੱਡਾ ਜੇਰਾ ਕਰਕੇ ਫਿਰ ਮੈਂ ਤੁਰਿਆ ਫਿਰਦਾ ਲੋਕਾਂ ਮੈਨੂੰ ਦੁੱਖ ਹੋਇਆ ਜਦੋਂ ਤੁਸੀਂ ਕਹਿਆ ਨਾ ਕਿ ਮੈਂ ਖੁਦ ਨੂੰ ਖਤਮ ਕਰਨਾ ਚਾਹਿਆ ਮੈਂ ਪਿਸਤੌਲ ਲਿਆਂਦਾ ਕਿ ਮੈਨੂੰ ਬੜਾ ਮਾਰਾ ਲੱਗਾ ਪਰ ਤੁਸੀਂ ਚੜ੍ਹਦੀ ਕਲਾ ਚ ਰਹੋ ਜਿੰਦਾਬਾਦ ਰਹੋ

ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਰਮਨ ਥੈਂਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਟਾਣਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਜੀ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਟਾਣਾ ਸਾਹਿਬ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਠੀਕ ਹੈ ਜੀ ਗਰਮੀ ਸਿਖਰ ਦੇ ਉੱਤੇ ਆ ਮੜਕੋ ਮੜਕੀ ਪੰਜਾ ਮਿੰਟਾਂ ਦੇ ਵਿੱਚ ਬੰਦਾ ਹੋ ਜਾਂਦਾ ਮੜਾ ਜਾ ਬਾਹਰ ਨਿਕਲੇ ਸਹੀ ਹਮ ਪਰ ਕਿਰਤੀ ਲੋਕ ਕਿਰਤ ਕਰਦੇ ਆ ਹਿੰਮਤੀ ਲੋਕ ਹਿੰਮਤ ਨਹੀਂ ਛੱ ਆਸਕੇਸ਼ਤ ਲੈ ਕੇ ਆਇਆ ਤੇ ਖਾਸ ਕਿਸ਼ਤ ਲੈ ਕੇ حاضر ਆਂ ਦੇਖੋ سوشل میڈیا ਬਰੂਦ ਵਰਗਾ ਜੀ ਇਹ سوشل میڈیا ਕਿਸੇ ਨੂੰ ਵੀ ਬਿਲਕੁਲ ਨਿਮਾਣ ਵਾਲੇ ਲੈ ਜਾਂਦਾ ਤੇ ਕਦੇ-ਕਦੇ ਬਿਨਾ ਗੱਲੋਂ ਕਿਸੇ ਨੂੰ ਚੱਕ ਵੀ ਦਿੰਦਾ ਹੂੰ ਬਹੁਤ ਸਾਰੇ ਲੋਕ ਇਹੋ ਜਿਹੇ ਅਸੀਂ ਦੇਖੇ ਹੁਣ ਤੱਕ ਜਿਹੜੇ ਕਿ ਇੱਕਦਮ ਤਾਂ ਨੂੰ ਚੜਾ ਦਿੱਤੇ ਗਏ ਪਰ ਮਹੀਨੇ ਕੇ ਬਾਅਦ ਥੱਲੇ ਲਾ ਲਏ ਗਏ ਬਿਲਕੁਲ ਜਦੋਂ ਲਾਏ ਗਏ ਥੱਲੇ ਉਦੋਂ ਲੋਕ ਗਾਲਾਂ ਕੱਢੀ ਗਏ ਜੋ ਚੜਾਏ ਉਦੋਂ ਬਿਨਾ ਸਮਝੇ ਬਿਨਾ ਸੋਚੇ ਸਿਫਤਾਂ ਕਰੀ ਗਏ ਸੋ ਇਹੋ ਜੀਆਂ ਖਬਰਾਂ ਬਹੁਤ ਵਾਰ ਆਉਂਦੀਆਂ ਇਸੇ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਨਿਰਖ ਪਰਖ ਕਰਕੇ ਹੀ ਟਿੱਪਣੀ ਕਰਿਆ ਕਰੋ ਸੋਚ ਸਮਝ ਕੇ ਹੀ ਕੋਈ ਪੋਸਟ ਕੋਈ ਫੋਟੋ ਕੋਈ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਸਾਡੇ ਲਈ ਮਜ਼ਾਕ ਆ ਵੀ ਅਸੀਂ ਉਹਨੂੰ ਤੂੰਬਾ ਲਾਤਾ ਉਹਨੂੰ ਕੁਛ ਕਹਿਤਾ ਉਹਨੂੰ ਕੁਛ ਕਹਿਤਾ ਮਜ਼ਾਕ ਉਡਾਤਾ ਅਸੀਂ ਸਵਾਦ ਲੈਨੇ ਆ ਇਹਨਾਂ ਸਵਾਦਾਂ ਦੇ ਕਰਕੇ ਕਿਸੇ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੁੰਦੀ ਹੈ ਕਦੇ ਕਦਾਈ ਇਹ ਸੋਚਣਾ ਚਾਹੀਦਾ ਅਸੀਂ ਕਦੇ ਨਹੀਂ ਸੋਚਦੇ ਕਿ ਸਾਡੀਆਂ ਕਈਆਂ ਹੋਈਆਂ ਗੱਲਾਂ ਦਾ ਕਰਕੇ ਜਾਂ ਸਾਡਾ ਜਿਹੜਾ ਅਸੀਂ ਮਜ਼ਾਕ ਕਰ ਰਹੇ ਆ ਉਹਦੇ ਕਰਕੇ ਕਿਸੇ ਇਨਸਾਨ ਦੇ ਮਾਨਸਿਕ ਪੱਧਰ ਦੇ ਉੱਪਰ ਕੀ ਅਸਰ ਹੁੰਦਾ ਹੋਊਗਾ ਮਾਨਸਿਕਤਾ ਦੇ ਉੱਪਰ ਕੀ ਅਸਰ ਪੈਂਦਾ ਹੋਏਗਾ ਬਸ ਸਾਡੇ ਜੋ ਮੂੰਹ ਚ ਆਉਂਦਾ ਹੈ ਕਈ ਵਾਰ ਅਸੀਂ ਉਹੀ ਬੋਲ ਦਿੰਨੇ ਆ ਉਹੀ ਲਿਖ ਦਿੰਨੇ ਆ ਕਦੇ ਨਹੀਂ ਸੋਚਦੇ ਵੀ ਅਗਲਾ ਬੰਦਾ ਵੀ ਪਰਿਵਾਰਕ ਵਾਲਾ ਪਰਿਵਾਰ ਵਾਲਾ ਹੈ ਅਗਲੇ ਬੰਦੇ ਦੇ ਪਰਵਾਰਕ ਜੀਨ ਹੈ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਸਾਡੀ ਬੋਲੀ ਦਾ ਪੈਂਦਾ ਹੋਊਗਾ ਪਰ ਖੈਰ ਅਸੀਂ ਖਾਸ ਕਿਸ਼ਤ ਲੈ ਕੇ ਹਾਜ਼ਰ ਹੋਏ ਹਾਂ ਤੇ ਸਾਡੇ ਨਾਲ ਕੌਣ ਨੇ ਉਹਦੇ ਬਾਰੇ ਚ ਜ਼ਰੂਰ ਤਸ਼ਵੀਰ ਸਿੰਘ ਸੰਗਾ ਕਿਉਂਕਿ ਉਹਨਾਂ ਦੀ ਦਸਤਾਰ ਦੇ ਸਟਾਈਲ ਦੇ ਬਾਰੇ ਉਹਨਾਂ ਦੇ ਵੱਲੋਂ 1 2 3 ਲੜਕੀਆਂ ਨਾਲ ਕੀਤੀ ਗਈ ਫੋਨ ਦੇ ਉੱਤੇ ਗੱਲ ਦੇ ਬਾਬਤ ਬਹੁਤ ਸਾਰੀਆਂ ਆਡੀਓ ਤੇ ਵੀਡੀਓ ਹੁਣ ਤੱਕ ਵਾਇਰਲ ਹੋਈਆਂ ਕਿੱਦਣ ਬਾਉ ਕਿਦਣ ਬਾਉ ਇਦਾਂ ਦੀਆਂ ਗੱਲਾਂ ਹਰ ਪਾਸੇ ਚੱਲਦੀਆਂ ਮੈਂ ਹੈਰਾਨ ਹਰਮਨ ਜੀ ਇਸ ਗੱਲ ਤੇ ਆ ਵੀ ਪਹਿਲਾਂ ਲੋਕਾਂ ਨੇ ਗਾਲਾਂ ਕੱਢਣ ਵਾਲੀ ਰੇਲ ਬਣਾਤੀ ਤੇ ਹੁਣ ਲੋਕ ਹਮਦਰਦੀ ਵਾਲੀ ਰੇਲ ਬਣਾ ਦਿੰਦੇ ਆ ਯਾਰ ਆਪਾਂ ਪਹਿਲਾਂ ਨਹੀਂ ਸਹੀ ਤਰੀਕੇ ਨਾਲ ਸੋਚਿਆ ਸਮਝਿਆ ਜਾਂ ਹੁਣ ਨਹੀਂ ਆਪਾਂ ਸੋਚਦੇ ਆਪਾਂ ਪਹਿਲਾਂ ਗਲਤ ਸੀ ਕਿ ਹੁਣ ਗਲਤ ਆ ਸਾਡੇ ਨਾਲ ਨੇ ਕਸ਼ਮੀਰ ਸਿੰਘ ਸੰਘਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਹਾਸੇ ਠੱਠੇ ਦੀ ਵੀ ਉਹਨਾਂ ਦੇ ਮਨ ਦੇ ਉੱਤੇ ਤਨ ਦੇ ਉੱਤੇ ਕੀ ਉਦੋਂ ਬੀਤਿਆ ਉਹਨਾਂ ਦੇ ਟੱਬਰ ਦੇ ਵਿੱਚ ਕੀ ਵਿਗਾੜ ਪੈ ਚੱਲਿਆ ਸੀ ਸਾਰੀਆਂ ਗੱਲਾਂ ਕਰਾਂਗੇ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਠਾਕ ਬਹੁਤ ਵਧੀਆ ਭਾਜੀ ਜੜਦੀ ਕਲਾਇ ਚੜਦੇ ਹੁਣ ਤੁਹਾਡੇ ਹੱਕ ਦੇ ਵਿੱਚ ਲੋਕ ਬਹੁਤ ਬੋਲਦੇ ਮੈਨੂੰ ਚੰਗਾ ਲੱਗਦਾ ਠੀਕ ਹੈ ਠੀਕ ਹੈ ਤੁਹਾਡੀ ਨਿੱਜੀ ਜ਼ਿੰਦਗੀ ਆ ਤੁਸੀਂ ਕਿਹਦੇ ਨਾਲ ਕਿੰਨੀਆਂ ਗੱਲਾਂ ਕਰਦੇ ਹੋ ਸਾਡਾ ਇਹਦੇ ਵਿੱਚ ਕੋਈ ਦਖਲ ਨਹੀਂਗਾ ਤੁਹਾਡੀਆਂ 5 ਦੋਸਤ ਹੋਣ ਤੁਹਾਡੀਆਂ 50 ਦੋਸਤ ਹੋਣ ਤੁਹਾਡੀ 100 ਦੋਸਤ ਹੋਵੇ ਇਹ ਮੇਰਾ ਜਾਣਨਾ ਫਰਜ਼ ਨਹੀਂਗਾ ਨਾ ਹੀ ਕਿਸੇ ਹੋਰ ਦਾ ਤੇ ਮੇਰਾ ਕੌਣ ਕੀ ਆ ਇਹ ਵੀ ਕਿਸੇ ਦਾ ਤੱਲਕ ਨਹੀਂ ਗਾ ਪਰ ਲੋਕਾਂ ਨੇ ਤੁਹਾਡਾ ਮਜ਼ਾਕ ਰੱਜ ਕੇ ਉਡਾਇਆ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਪਤਾ ਇਸ ਤਰ੍ਹਾਂ ਚਲੋ ਲੋਕਾਂ ਨੇ ਮੇਰੀਆਂ ਖਬਰਾਂ ਸ਼ੇਅਰ ਕੀਤੀਆਂ ਸਭ ਤੋਂ ਵੱਧ ਠੀਕ ਹੈ ਮੈਂ ਅਗਰ ਹੀ ਸੋਚਿਆ ਨਹੀਂ ਤੇ ਲੋਕ ਇਸ ਤਰ੍ਹਾਂ ਕਰਦੇ ਆ ਬਲੈਕਮੇਲ ਕਰਦੇ ਆ ਰੱਜ ਕੇ ਕਰਦੇ ਆ ਮੇਰਾ ਕੋਈ ਮਿੱਤਰ ਪਿਆਰਾ ਹੈ ਮੁੰਡਾ ਜੱਗੀ ਚੋਲੇ ਤੋਂ ਅੱਛਾ ਜੀ ਹਾਂ ਮੇਰਾ ਮਿੱਤਰ ਪਿਆਰਾ ਮੈਨੂੰ ਜੱਗੀ ਚੋਲੇ ਨੇ ਫੋਨ ਕੀਤਾ ਕਹਿੰਦਾ ਸੰਗਾ ਜੀ ਕਿੱਥੇ ਆ ਮੈਂ ਦੱਸੋ ਕਹਿੰਦਾ ਇੱਕ ਵੀਡੀਓ ਆਨ ਲਈ ਆ ਤੇਰੀ ਹੂੰ ਮੈਂ ਮੈਂ ਮੈਨੂੰ ਪਤਾ ਨਹੀਂ ਕੋਈ ਕਹਿੰਦਾ ਮੈਂ ਪਾਵਾ ਹੁਣੇ ਤੁਹਾਨੂੰ ਫੋਨ ਤੇ ਉਹਨੇ ਮੇਰੇ ਨੰਬਰ ਤੇ ਪਾਤੀ ਮੈਂ ਸੁਣੀ ਸੁਣਨ ਤੋਂ ਬਾਅਦ ਕੀਤੀ ਤੇ ਮੈਂ ਜਰ ਮੈਂ ਮੜਾ ਕੰਮ ਕਿਨੂ ਕਿਹਾ ਹੀ ਨਹੀਂ ਕੋਈ ਇਹਨਾਂ ਨੂੰ ਹੂੰ ਮੈਂ ਇਹੋ ਕਿਹਾ ਨਾ ਚਲੋ ਸਾਡਾ ਕਾਲੀਦਰ ਦਾ ਰਾਜ ਆ ਗਿਆ ਤੇ ਤੈਨੂੰ ਰੇਤਾ ਦਾ ਖੱਡ ਲੈ ਦਾਂਗੇ ਕੋਈ ਗੱਲ ਨਹੀਂ ਚਲਦੀ ਯਾਰ ਰੇਤਾ ਤੇ ਖੱਡ ਸਰ ਕਹਲੇ ਬੰਦੇ ਨੇ ਪੈਸੇ ਹੀ ਖਰਚਣੇ ਫ੍ਰੀ ਮਿਲਣੇ ਨਹੀਂ ਮੈਂ ਉਹ ਬੇਟੀ ਨੂੰ ਕਹਿ ਬੈਠਾ ਜੀ ਰੇਤਾ ਦਾ ਤੈਨੂੰ ਖੱਡ ਲੈ ਕੇ ਦਵਾਵਾਂਗੇ ਮੈਨੂੰ ਕਹਿੰਦੀ ਚਲੋ ਅੰਕਲ ਠੀਕ ਆ ਤੇ ਮੈਂ ਆਪਣੇ ਬਰਦਰ ਨੂੰ ਕਿਹਾ ਬਾਪੂ ਜੀ ਨੇ ਮੱਥਾ ਟੇਕਣ ਉਹਨਾ ਪਰੰਪਰਾ ਜੀ ਨੇ ਥੋੜੀ ਗਿਣਤੀ ਜੀ ਵਾਜੂ ਬੰਦਿਆਂ ਦਾ ਉਹ ਮੱਥਾ ਹੋਜੂਗਾ ਕਾਠ ਹੋਜੂ ਬਧੀਆ ਹੋਜੂ ਕਾਠ ਚਲੋ ਬੰਦੇ ਆਏ ਸਾਰਾ ਕੁਸ ਹੋਇਆ ਬਾਅਦ ਚ ਮੈਨੂੰ ਬੇਟੀ ਨੇ ਕਿਹਾ ਕਹਿੰਦੀ ਅੰਕਲ ਪਾਰਟੀ ਨਹੀਂ ਕਰਨੀ ਮੈਂ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਮੈਂ ਕਹਿ ਦਿੱਤਾ ਪਾਰਟੀ ਕਹਾਂ ਮੇਰੇ ਮੂੰ ਇਹੋ ਨਿਕਲਿਆ ਸਾਡੇ ਮਾਜੇ ਦੇ ਮੈਂ ਕਿਦਨ ਬਾਹੂ ਕਿਦਨ ਮੈਂ ਕਿਹਾ ਬਾਹੂ ਕਿਦਨ ਕਹੇ ਕਿਦਨ ਕਹੇ ਮੈਂ ਕਹਿ ਬੈਠਾ ਚਲੋ ਜੀ ਚੜਦੇ ਕਰਦੇ ਕਰਦੇ ਤੇ ਮੈਂ ਨਾ ਮੈਂ ਤੇ ਬਾਨੀ ਮੱਥਾ ਟੇਕਣ ਗਈ ਤਾਂ ਤਨ ਗੁਰਦਾਰੇ ਮੱਥਾ ਟੇਕਣ ਤੋਂ ਬਾਅਦ ਅਗਲੇ ਦਿਨ 2 ਤਰੀਕ ਨੂੰ ਕੋਈ ਮੀਟਿੰਗ ਹੀ ਸਾਡੀ ਕਾਲੀ ਦਰ ਦੇ ਅੰਮ੍ਰਿਤਸਰ ਹੂੰ ਮੈਨੂੰ ਬੁਲਾਇਆ ਗਿਆ ਉਹ ਮੀਟਿੰਗ 'ਚ ਪਹਿਲੀ ਮੀਟਿੰਗ ਹੋਣੀ ਸੀ ਮੇਰੀ ਜੀ ਉਹ ਮੀਟਿੰਗ 'ਚ ਰੱਬ ਨੇ ਜਾਣ ਹੀ ਨਹੀਂ ਦਿੱਤਾ ਮੀਟਿੰਗ 'ਚ ਅੱਛਾ ਨਾ ਮੈਂ ਕੀਤਾ ਤੇ ਮੈਨੂੰ ਫੋਨ ਆਇਆ ਗਿਆ ਮਿੱਤਰ ਪਿਆਰੇ ਦਾ ਕਹਿੰਦੇ ਸੰਗਾ ਜੀ ਵੀਡੀਓ ਜਾਰੀ ਹੋ ਗਈਆਂ ਤੇਰੀਆਂ ਬਹੁਤ ਜਿਆਦੀਆਂ ਭਾਈ ਨਿਆ ਵੀਡੀਓ ਕਿੱਥੋਂ ਆ ਗਈਆਂ ਮੇਰੀਆਂ ਮੈਂ ਫਿਰ ਆਪਣੇ ਫੋਨ ਵਾਲੇ ਪਾਸੇ ਦੇਖਾ ਤੇ ਫੋਨ 'ਚ ਕੋਈ ਵੀਡੀਓ ਨਹੀਂ ਮੇਰੇ ਹੂੰ ਫਿਰ ਮੈਂ ਹਜਾਰਾ ਕੀ ਕੀਤਾ ਕੇ ਫਿਰ ਮੈਨੂੰ ਕਹਿੰਦੇ ਕਿ ਆ ਤੁਹਾਡੇ ਫੋਨ ਤੋਂ ਕਹਿੰਦੇ ਕਾਪੀ ਮਾਰ ਲਈ ਸਾਰੀ ਹੂੰ ਕਾਪੀ ਮਾਰ ਕੇ ਤੇ ਉਹਨੇ ਆਪਣੇ ਫੋਨ 'ਚ ਛੁੱਟ ਲਈਆਂ ਛੁੱਟਣ ਤੋਂ ਬਾਅਦ ਚ ਉਹਨੇ ਬੰਦੇ ਨੇ ਫਿਰ ਬਾਹਰ ਦੇ ਦੇ ਸੁੱਟ ਤੀਆਂ ਉਧਰ ਉਧਰ ਘੁੰਮਦੀਆਂ ਘੁੰਮਦੀਆਂ ਮੁਰਗੇ ਇੱਧਰ ਆਈਆਂ ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਇਹ ਕਿਹੜੀ ਸ਼ਰਾਰਤ ਨਾ ਨਾ ਮੇਰੇ ਫੋਨ ਤੇ ਉਹਨਾਂ ਨੇ ਟੈਪ ਲਾਤਾ ਜੀ ਮੈਨੂੰ ਪਤਾ ਹੀ ਨਹੀਂ ਆ ਨਾ ਕਰੀ ਮੈਂ ਆਪਣੇ ਫੋਨ ਤੇ ਕਰੀ ਮੈਂ ਟੈਪ ਲਾਇਆ ਹੀ ਨਹੀਂ ਗੱਲਾਂ ਬਾਤਾਂ ਕਰਦੇ ਲੋਕ ਕਰਦੇ ਆ ਟੈਪ ਕਰਦੇ ਮੈਂ ਨਹੀਂ ਕਰੀ ਕੀਤੀ ਪਰ ਇਹ ਵੀ ਤਾਂ ਹੋ ਜਾਦਾ ਦੱਸਾਂਗਾ ਸਭ ਜਿਹੜੀ ਕੁੜੀ ਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਉਹਨੇ ਰਿਕਾਰਡਿੰਗ ਕਰਕੇ ਵਾਇਰਲ ਕਰਤੀ ਹੋਵੇ ਗੱਲ ਨਹੀਂ ਨਹੀਂ ਮੈਂ ਭਾਜੀ ਉਹਨਾਂ ਨੂੰ ਮਾਰਾ ਮਾਰਾ ਕਿਹਾ ਹੀ ਨਹੀਂ ਕੋਈ ਚੱਲ ਉਹ ਵੀ ਨਾ ਮੈਂ ਮਾਰਾ ਕੋਈ ਉਹਨਾਂ ਨੂੰ ਕਿਹਾ ਵੀ ਕੋਈ ਤਸ਼ਲੀਲ ਗੱਲ ਨਹੀਂ ਕੀਤੀ ਇਹ ਤਾਂ ਸੱਚੀ ਹੈ ਕੋਈ ਨਹੀਂ ਕੀਤੀ ਮੈਂ ਕੋਈ ਉਹਨਾਂ ਨਾਲ ਨਹੀਂ ਕੀਤੀ ਮੈਂ ਆਮ ਘਰੇਲੂ ਗੱਲਾਂ ਘਤਰਾ ਘਰ ਚ ਕਰੀ ਤੀਆਂ ਉਤਰਾਂ ਗੱਲਾਂ ਰਿਆ ਕਰਨ ਕੋਈ ਹਰ ਕੋਈ ਕੋਈ ਬੰਦਾ ਕਹਿੰਦਾ ਜੀ ਕੋਈ ਸੰਗੇ ਨੇ ਲਾਰੇ ਲਾਏ ਰੇਤ ਦੇ ਖੱਟ ਦੇ ਲਾਏ ਤੇ ਮੈਂ ਖੱਟ ਲੈ ਕੇ ਦਵਾਂਗਾ ਲਾਰੇ ਲੋ ਦੇਖੋ ਹਣ ੜਾਰੇ ਲਾਉਣਾ ਪੈਂਦਾ ਆਪਣਾ ਕਮਟਨ ਸਾਹਿਬ ਨੇ ਗੁਰਕਾ ਲੈ ਕੇ ਹੱਥ 'ਚ ਸੌਂ ਖਾਦੀ ਤੇ ਮੈਂ ਕੋਸ ਹਫ਼ਤਿਆਂ ਜਾਂ ਨਸ਼ਾ ਖਤਮ ਕਰਦੂ ਪੰਜਾਬ 'ਚ ਹੂੰ ਨਹੀਂ ਨਸ਼ਾ ਖਤਮ ਹੋਇਆ ਉਹਦੇ ਕੋਲੋਂ ਠੀਕ ਹੈ ਨਾ ਕਈ ਸਮੇਂ ਨਿਕਲ ਗਏ 5 ਸਾਲ ਨਿਕਲ ਗਏ ਕਿੰਨੇ ਉਹਨੇ ਵਾਅਦੇ ਕੀਤੇ ਸਾਰੇ ਝੂਠੇ ਨਿਕਲੇ ਉਹਦੇ ਸੀਐਮ ਸਾਹਿਬ ਦੇ ਹੂੰ ਠੀਕ ਹੈ ਨਾ ਤੇ ਵੱਡੇ ਵੱਡੇ ਹਲਾਰੇ ਲਾਉਂਦੇ ਰਹੇ ਤੇ ਸੰਗਾ ਜੀ ਨੇ ਲਾਰਾ ਛੋਟਾ ਜਾਂ ਲਾਤਾ ਰੇਤ ਦੇ ਖੱਡਦਾ ਕੋਈ ਗੱਲ ਕੋਈ ਨਹੀਂ ਲੋਕਾਂ ਨੇ ਭਾਰ ਚੁੱਕ ਤਾਈ ਸੁ ਬਣਾਤਾ ਹਾਂ ਠੀਕ ਹੈ ਨਾ ਜਿਆਦਾ ਲੋਕਾਂ ਨੇ ਖੱਡ ਨੂੰ ਬਣਾ ਦਿੱਤਾ ਸੰਗੇ ਨੇ ਲਾਰਾ ਕੋ ਲਾਇਆ ਬੜਾ ਮੁੱਦਾ ਉੱਠਿਆ ਕਈਆਂ ਨੇ ਪੱਤਰਕਾਰਾਂ ਨੇ ਬ੍ਰੰਮਾ ਮਹਤੜ ਬੰਦਾ ਟਾਰੋ ਇਹਨੂੰ ਡੇਗਣਾ ਸੰਗਾ ਜੀ ਇਹਨੂੰ ਖਤਮ ਕਰਨਾ ਸੰਗੇ ਕਿਤਰਾ ਕਰਨਾ ਜੀ ਪੱਤਰਕਾਰਾਂ ਨੂੰ ਕਾਫੀ ਲੋਕਾਂ ਪਰੰਪਰਾ ਜਿਹਨੇ ਪੁੱਛਿਆ ਜਾ ਕੇ ਤੇ ਦੱਸੋ ਕੀ ਗੱਲ ਹੋਈ ਆ ਕਹਿੰਦੇ ਜੀ ਤਰੀ ਕਹਿੰਦੇ ਹਰੇ ਕਾਲੀਦਰ ਦਾ ਰਾਜ ਆਇਆ ਹੀ ਨਹੀਂ ਹਰੇ ਬੜਾ ਸਮਾਂ ਰਹਿੰਦਾ ਰੇ ਮਹੀਨਾ ਪਿਆ ਤੇ ਸੰਗੇ ਨੇ ਰੇਤ ਦੇ ਖੱਡ ਕੇ ਰੇਚਨੇ ਸ਼ੁਰੂ ਕਰ ਦਿੱਤੇ ਤੁਹਾਡੀ ਸਹਿਮਤੀ ਨਾ ਬਰੰਪਰਾ ਸਾਹਿਬ ਕਹਿੰਦੇ ਦੇਖੋ ਜੀ ਆ ਸੰਗਾ ਜੀ ਦੀ ਸੋਚ ਆ ਠੀਕ ਆ ਉਹਨੇ ਜੋ ਕਰਨਾ ਉਹਨੇ ਕਰਨਾ ਠੀਕ ਆ ਨਾ ਚਲੋ ਜੀ ਬਾਚਕ ਥੋੜੇ ਦਿਨਾਂ ਨੂੰ ਕੋ ਰੈਲੀ ਹੈ ਕਤਰਨ ਤਰਨ ਹੋਈ ਉਸ ਰੈਲੀ 'ਚ ਇਹਨਾਂ ਨੇ ਕਹਿ ਦਿੱਤਾ ਬਰੰਪਰਾ ਜੀ ਕਹਿੰਦਾ ਜੀ ਮੈਂ ਸੰਗੇ ਨੂੰ ਜਾਣਦਾ ਨਹੀਂ ਜੀ ਬਿਲਕੁਲ ਹੀ ਸੰਗਾ ਹੈ ਕੌਣ ਆ ਹੂੰ ਕਹਿੰਦੇ ਜੀ ਦਰੋ ਸੰਗੇ ਨੂੰ ਮੈਂ ਨਹੀਂ ਜਾਣਦਾ ਸੰਗੇ ਨੂੰ ਹੈ ਕੋਈ ਇਹੋ ਵਾਕਈ ਨਹੀਂ ਜਾਣਦੇ ਤੁਹਾਨੂੰ ਵੀ ਤੁਸੀਂ ਕੌਣ ਦੇਖੋ ਜੀ ਮੈਂ ਬ੍ਰਹਮਪਰਾ ਸਾਹਿਬ ਦੇ ਨਾਲ ਔਖੇ ਟਾਈਮ ਤੇ ਰਿਆ ਪਰ ਉਹ ਬ੍ਰਹਮਪਰਾ ਜੀ ਨਾਲ ਸਾਰੇ ਲੋਕ ਭੱਜ ਗਏ ਕੋਈ ਨਹੀਂ ਰਹੇਗਾ ਕਾਲੀਦਾਰ ਚੋ ਜੇ ਮੈਂ ਖੜਾ ਰਿਆ ਹੂੰ ਬ੍ਰਹਮਪਰਾ ਜੀ ਦਾ ਮੈਂ ਸਾਥ ਦਿੱਤਾ ਸਭ ਤੋਂ ਵੱਧ ਮੈਂ ਹਲਕੇ ਚ ਮੀਟਕਾਂ ਕੀਤੀਆਂ ਆਪਣੀਆਂ ਪਾਰਟੀ ਦੀਆਂ ਬ੍ਰਹਮਪਰਾ ਦੀ ਮੈਂ ਅਗਰੇ ਗੁੱਡੀ ਹੋਮ ਚੜ੍ਹਦੀ ਗੱਲ ਰੱਖੀ ਹੂੰ ਤੇ ਬ੍ਰਹਮਪਰਾ ਜੀ ਦਾ ਨਾਮ ਪੂਰਾ ਨਹੀਂ ਮਾਜੇ ਚ ਰੱਖਿਆ ਬਾਜ ਪਰੰਪਰਾ ਸਾਹਿਬ ਕਹਿੰਦੇ ਜੀ ਤਰੋਂ ਚੰਡੀਗੜ੍ਹ ਮੀਟਿੰਗ ਕੀਤੀ ਗਈ ਹੈ ਨਾ 400 ਬੰਦੇ ਚ ਸੰਘਾ ਜੀ ਨੇ ਥੋੜਾ ਛੇਰ ਗਾਂ ਕਰ ਲਿਆ ਸਰੋਪਾ ਪਾਉਣਾ ਤੇ ਦੇਖੋ ਜੀ ਮੈਂ ਉਹਨਾਂ 450 ਬੰਦੇ ਚ ਨਹੀਂ ਆਉਂਦਾ ਠੀਕ ਹੈ ਮੇਰਾ ਕਾਫੀ ਮਾਝੇ ਚ ਨਾਹੀਂ ਕਾਫੀ ਮਮਸੂਰ ਹੈ ਮਾਝੇ ਚ ਤਰੋਂ ਕੀਤਾ ਤੇ ਬਾਦਲ ਸਾਹਿਬ ਨੇ ਮੈਨੂੰ ਸਰੋਪਾ ਦਿੱਤਾ ਬਾਦਲ ਸਾਹਿਬ ਨਾ ਬੋਲ ਕੇ ਕਹਿਣ ਡਿਆ ਸੰਘਾ ਜੀ ਨੂੰ ਕਾਲੀ ਦਰ ਦਾ ਜਰਨਲਿਸਟਰੀ ਬਣਾਤਾ ਹੂੰ ਠੀਕ ਹੈ ਜੀ ਤੇ ਚਲੋ ਬਾਦਲ ਸਾਹਿਬ ਨਾ ਬੋਲਦੇ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਨਹੀਂ ਚਲੋ ਬੋਲ ਕੇ ਕਿਹਾ ਮੁੜ ਕੇ ਫਿਰ ਮੈਂ ਫਿਰ ਉਥੋਂ ਵਾਪਸ ਆ ਗਿਆ ਜੀ ਚੰਡੀਗੜ੍ਹ ਤੋਂ ਵਾਪਸ ਆ ਗਿਆ ਤਾਂ ਥੋੜੇ ਦਿਨ ਚੋਂ ਬਾਅਦ ਚ ਚਲੋ ਗੁਰੂ ਸਾਹਿਬ ਨੇ ਲੋਕਾਂ ਨੇ ਪਰ ਮੈਨੂੰ ਸਾਥ ਦਿੱਤਾ ਸੀ ਮਾਝੇ ਵਾਲਿਆਂ ਨੇ ਤੇ ਸੰਗਾ ਜੀ ਤੁਹਾਨੂੰ ਪਾਰਟੀ ਦਾ ਬਹੁਤ ਅਗਰਾਉਦਾ ਮਿਲਿਆ ਤੁਹਾਨੂੰ ਬਦਿਆ ਰਹਿਤ ਬਹੁਤ ਠੀਕ ਆ ਤੋ ਰਿਪਾਲਟੀ ਦੀ ਸੇਵਾ ਬਹੁਤ ਲੰਮਾ ਸਮਾਂ ਕੀਤੀ ਆ ਤੁਰੀ ਬ੍ਰੰਪਰਾ ਜੀ ਨੂੰ ਛੱਡਿਆ ਨਹੀਂ ਹੂੰ ਬਾਕੀ ਛੱਡ ਕੇ ਭੱਜ ਗਏ ਤੇ ਅੱਜ ਉਹਨਾਂ ਲੋਕਾਂ ਦਾ ਮੁੱਲ ਨਹੀਂ ਪਿਆ ਅੱਜ ਤੁਹਾਡਾ ਮੁੱਲ ਪਿਆ ਹੂੰ ਚਲੋ ਮੈਂ ਕਰਦਾ ਕਰਦਾ ਚਲੋ ਜੀ ਫੇਰ ਮੁੜ ਕੇ ਬ੍ਰੰਪਰਾ ਜੀ ਨੂੰ ਕੁਝ ਪੱਤਰ ਕਰਨੇ ਮਾਨੋਚਾਲ ਪੁੱਛਿਆ ਪਿੰਡ ਤੇ ਸੰਗਾ ਜੀ ਤੁਹਾਡੇ ਬਹੁਤ ਸਾਥ ਦਿੰਦੇ ਨੇ ਕਹਿੰਦਾ ਜੀ ਮੈਂ ਨਹੀਂ ਸੰਗੇ ਨੂੰ ਜਾਣਦਾ ਸੰਗਾ ਹੈ ਕੌਣ ਹੂੰ ਮੁੱਕਰ ਕੇ ਹਮ ਮੁੱਕਰ ਕੇ ਖਾਣੇ ਮੁੱਕਰ ਕੇ ਫੇਰ ਉਹ ਪੱਤਰਕਾਰ ਨੇ ਕਿਹਾ ਉਹਨੇ ਹਾਂ ਦੇਖੋ ਬਰੰਪਰਾ ਸਾਹਿਬ ਸੰਗਾ ਉਹ ਬੰਦਾ ਆ ਕਿ ਉਹਨੂੰ ਬੱਚਾ ਬੱਚਾ ਜਾਣਦਾ ਚਲੇਦਾ ਠੀਕ ਹੈ ਉਹ ਬੜੀ ਜਾਨਸਾਨ ਰੱਖਦੇ ਲੋਕ ਉਹਦੇ ਨਾਲ ਪਿਆਰ ਕਰਦੇ ਹਲਕੇ ਵਾਲੇ ਕਹਿੰਦਾ ਜੀ ਮੈਨੂੰ ਨਹੀਂ ਪਤਾ ਕਹਿੰਦਾ ਬਰੰਪਰਾ ਸਾਹਿਬ ਕਹਿੰਦੇ ਫਿਰ ਬਰੰਪਰਾ ਸਾਹਿਬ ਇੱਕ ਕੰਮ ਆ ਤਰੋ ਤਰੀ ਹਰਮੰਦਰ ਸਾਹਿਬ ਸੌਂ ਖਾਦੀ ਆ ਨਾ ਹੂੰ ਪ੍ਰੀ ਕਹਿੰਦਿਆ ਨਹੀਂ ਸੌਂ ਨਹੀਂ ਖਾਦੀ ਉੱਥੇ ਤੁਹਾਨੂੰ ਸੌਂ ਦਾ ਚੇਤਾ ਭੁੱਲ ਗਿਆ ਤੇ ਸੰਗੇ ਦਾ ਚੇਤਾ ਕਿਥੋਂਣਾ ਹੂੰ ਫਿਰ ਤੁਹਾਨੂੰ ਸੰਗਾ ਭੁੱਲ ਗਿਆ ਨਹੀਂ 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 ਮੈਂ ਸੌਂ ਖਾਦੀ ਨਹੀਂ ਕਹਿੰਦਾ ਕਹਿੰਦਾ 라 ਉਹ ਚਿੱਠੀ ਕੇਰੀ ਚਿੱਠੀ ਅੱਗੇ ਦੇ ਮੈਂ ਸੌਂ ਖਾਦੀ ਯਾਰ ਮੰਦਰ ਸਾਹਿਬ ਪਰ ਚਲੋ ਇਹ ਤਾਂ ਹੋ ਗਈਆਂ ਅਗਲੀਆਂ ਗੱਲਾਂ ਹਾਂ ਇਹ ਤੁਹਾਡੀ ਨਿੱਜੀ ਕੋਈ ਮਿੱਤਰ ਸੀ ਇੱਕ ਤੋਂ ਵੱਧ ਤੁਹਾਡੀਆਂ ਆਡੀਓ ਕਲਿੱਪ ਵਾਇਰਲ ਹੋਈਆਂ ਇੱਕ ਆ ਗਈ ਦੂਜੀ ਆ ਗਈ ਤੀਜੀ ਆ ਗਈ ਚੌਥੀ ਆ ਗਈ ਮੈਂ ਤਾਂ ਹੈਰਾਨ ਰਹਿ ਗਿਆ ਤੇ ਮੈਨੂੰ ਦੁੱਖ ਵੀ ਹੋਈ ਗਿਆ ਯਾਰ ਬੰਦੇ ਦੀਆਂ ਨਿੱਜੀ ਗੱਲਾਂ ਜਿਹੜੀਆਂ ਫੋਨ ਤੇ ਕੀਤੀਆਂ ਹੋਈਆਂ ਉਹਨਾਂ ਦੇ ਉੱਤੇ ਲੋਕ ਸਵਾਦ ਕਿਹੜੀ ਗੱਲੋਂ ਲੈ ਰਹੇ ਆ ਇਹ ਤੁਹਾਡੀਆਂ ਦੋਸਤ ਸੀ ਬੀਬੀਆਂ ਜਾਂ ਕੀ ਸੀ ਕਿਉਂਕਿ ਉਹਦੇ ਵਿੱਚ ਕੋਈ ਮੈਨੂੰ ਮਾੜੀ ਗੱਲ ਤਾਂ ਲੱਗੀ ਨਹੀਂ ਪਰ ਇਹ ਕੀ ਮਾਜਰਾ ਕੀ ਸੀਗਾ ਦੇਖੋ ਜੀ ਮੈਂ ਕੋਈ ਦਰੋਕੇ ਦੇ ਕੰਮ ਕੋਈ ਘਰੇਲੂ ਕੰਮ ਕਿਤਰਾ ਕੋਈ ਹੋ ਜਾਂਦੇ ਕਰਨ ਦੇ ਮੈਂ ਉਹਨਾਂ ਨੂੰ ਫੋਨ ਤੇ ਕੰਮ ਕਰ ਦੱਸਦਾ ਰਿਆ ਤੁਹਾਡਾ ਕੰਮ ਹੋ ਗਿਆ ਜੀ ਕੋਈ ਗੱਲ ਨਹੀਂ ਤੁਰੀਏ ਚਿੰਤਾ ਨਹੀਂ ਕਰਨੀ ਤੁਹਾਡੇ ਕੋਲ دوست ਸੀ ਮਤਲਬ ਜਾਨਤ ਹਾਂਜੀ ਹਾਂਜੀ ਬਹੁਤ ਆਪਣੇ ਕੋਈ ਰਿਸ਼ਤੇਦਾਰ ਲਾ ਲਓ ਕੋਈ ਮਿੱਤਰ ਲਾ ਲਓ ਕੋਈ ਕੋਈ ਗੱਲਬਾਤ ਕਰਦਾ ਕੋਈ ਮੇਰਾ ਉਹੋ ਜਿਹਾ ਕੇ ਦਾ ਨਾਤਾ ਨਹੀਂ ਕੋਈ ਯਾਰਾ ਹਾਂ ਗੱਲਾਂ ਪਰ ਜਦੋਂ ਇੰਨੇ ਵੱਡੇ ਪੱਦਰ ਦੇ ਉੱਤੇ ਆਡੀਓ ਕਲਿੱਪ ਵਾਇਰਲ ਹੋ ਗਈਆਂ ਤੁਹਾਡੇ ਘਰੇਲੂ ਸਥਿਤੀ ਦੇ ਉੱਤੇ ਕੀ ਅਸਰ ਪਿਆ ਉਹਦਾ ਦੇਖੋ ਜੀ ਜਦੋਂ ਆ ਘਟਨਾ ਹੋਈ ਆ ਨਾ ਵੀਡੀਓ ਜਾਰੀ ਹੋਈਆਂ ਹਾਂ ਮੈਂ ਸਾਮੀ 5 ਵਜੇ ਮੈਂ ਘਰ ਆਇਆ ਮੇਰਾ ਇੱਕ ਮਿੱਤਰ ਹਮਸੀ ਆ ਮੁੰਡਾ ਪ੍ਰੀਤ ਦੋ ਵਾਰੀ ਮਛੀਰੀਆ ਤਰਨ ਧਰਨ ਤੋਂ ਮੈਨੂੰ ਕਹਿੰਦਾ ਸੰਗਾ ਜੀ ਆਪਾਂ ਘਰ ਚੱਲਦੇ ਆ ਆਪਾਂ ਠੀਕ ਆ ਘਰ ਆ ਗਿਆ ਮੇਰੇ ਚਲੋ ਉਹਨੇ ਆਪਣੇ ਮੇਰੇ ਘਰ ਦੇ ਨੂੰ ਦੱਸਿਆ ਫਿਰ ਉਹਨੇ ਆ ਗੱਲ ਆ ਰਾਜਨੀਤੀ ਗੱਲਾਂ ਹੋਣ ਡੀਆਂ ਆ ਹੂੰ ਤੇ ਇਹ ਸਾਰਾ ਰਾਜਨੀਤੀ ਕਰਕੇ ਸੰਗਾ ਨੂੰ ਭੰਡਰਾ ਤੇ ਡੇ ਕਰਨਾ ਲੋਕ ਤੇ ਤੁਰੇ ਕੋਈ ਗੁੱਸਾ ਗੁੱਸਾ ਨਹੀਂ ਕਰਦਾ ਮੇਰੇ ਘਰ ਦੀ ਦਾ ਨਾਮ ਗੁਰਪ੍ਰੀਤ ਸਿੰਘ ਆ ਹੂੰ ਗੁਰਪ੍ਰੀਤ ਕੌਰ ਹਾਂ ਹਾਂ ਤੇ ਚਲੋ ਹੁੰਦਾ ਖੱਲਰ ਜਰੂਰ ਘਰ ਚ ਪੈਂਦਾ ਆ ਇੱਥੇ ਕੋਈ ਗੱਲ ਕੋਈ ਠੀਕ ਹੈ ਨਾ ਚਲੋ ਮਹਾਰਾਜ ਦੀ ਮੇਰੀ ਬਾਬਾ ਬੁੱਢਾ ਜੀ ਦੀ ਸ਼ਾਂਤੀ ਰਹੀ ਹੂੰ ਤੁਹਾਡੇ ਪਰਿਵਾਰਕ ਜੀਆ ਨੇ ਤੁਹਾਡਾ ਸਾਥ ਦਿੱਤਾ ਪੂਰਾ ਸਾਥ ਦਿੱਤਾ ਜੀ ਪੂਰਾ ਦਿੱਤਾ ਤੁਸੀਂ ਇੱਕ ਦਿਨ ਕੁਝ ਗਲਤ ਵੀ ਸੋਚ ਲਿਆ ਸੀ ਦੇਖੋ ਜੀ ਗਲਤੇ ਬੰਦੇ ਦੇ ਮਨ 'ਚ ਹੁੰਦੀ ਆ ਲੋਕਾਂ ਨੇ ਚਲੋ ਕਈ ਗੱਲਾਂ ਹੁੰਦੀਆਂ ਆ ਮਨ 'ਚ ਬਹੁਤ ਕੁਝ ਆਉਂਦਾ ਰਿਹਾ ਤੇ ਮੈਂ ਆ ਕਰ ਲਾ ਮੈਂ ਆ ਕਰ ਲਾ ਹੁੰਦਾ ਖੁਦ ਨੂੰ ਖਤਮ ਕਰ ਲਵਾਂ ਹਾਂ ਬੜਾ ਕੁਝ ਹੁੰਦਾ ਜੀ ਗੱਲਾਂ ਬਾਤਾਂ ਜਮਨ ਚ ਤੇ ਮੈਂ ਹੈ ਕੀ ਚੀਜ਼ ਹੀ ਤੇ ਆ ਲੋਕਾਂ ਨੇ ਵੀਡੀਓ ਪਾ ਗਏ ਮੇਰੀਆਂ ਪੰਡਿਆ ਹੂੰ ਠੀਕ ਹੈ ਨਾ ਹਰਮਨ ਜੀ ਇਹ ਸੰਗਤ ਸਾਬੜੇ ਦੱਸਿਆ ਚਾਹ ਦਾ ਪਿਆਲਾ ਸਾਂਝਾ ਕਰਨ ਵੇਲੇ ਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਜੀ ਕੀਤਾ ਮੈਂ ਖੁਦ ਨੂੰ ਖਤਮ ਕਰ ਲਾਂ ਜੀ ਪਰ ਫੇਰ ਖਤਮ ਕਰਨ ਤੋਂ ਪਹਿਲਾਂ ਪਹਿਲਾਂ ਇਹ ਸੋਚਿਆ ਵੀ ਯਾਰ ਅਨੰਦਪੁਰ ਸਾਹਿਬ ਚਲਦੇ ਆ ਹਾਂ ਗੁਰਦੁਆਰਾ ਸਾਹਿਬ ਚਲਦੇ ਆ ਵਾਹ ਹਾਂ ਜੀ ਉਹ ਥੋੜੀ ਜਿਹੀ ਜਾਣਕਾਰੀ ਦੇ ਹਾਂ ਮੈਂ ਜੀ ਅਨੰਦਪੁਰ ਸਾਹਿਬ ਆ ਗਿਆ ਜੀ ਆਪਣੇ ਮੈਂ ਸਾਥੀ ਨੂੰ ਗਿਆ ਮਾਹ ਚਾ ਅਨੰਦਪੁਰ ਛੱਲੀਏ ਤੇ ਹੁਣ ਮਾਹ ਮਹਾ ਭਾਰਤ ਦੀ ਜੰਗ ਲੱਗੀ ਆ ਹੂੰ ਠੀਕ ਹੈ ਨਾ ਇਹ ਤੋਂ ਜੰਗ ਤੋਂ ਬਚਣਾ ਚਾਹੀਦਾ ਠੀਕ ਹੈ ਨਾ ਕਿਹਦੇ ਮੱਥੇ ਲੱਗਾਗੇ ਉਹਨਾਂ ਨਾਲ ਉਹ ਸੰਗਾ ਜਾਣ ਡਿਆ ਯਾਰ ਮੈਂ ਚਲੋ ਹਫਤਾ ਦੋ ਹਫਤੇ ਗੱਲ ਠੰਡਾ ਹੋ ਜਾਂਦਾ ਕੰਮ ਮੈਂ ਅਨੰਦਪੁਰ ਸਾਹਿਬ ਆ ਗਿਆ ਜੀ ਤਰੋਂ ਮੈਂ ਅਨੰਦਪੁਰ ਆ ਮੈਂ ਬੰਗੇ ਲਾਗੇ ਮੇਰੇ ਪੈਸੇ ਮੁੱਕ ਗਏ ਫੋਨ ਚ ਮੈਂ ਮਾਹ ਮੁੰਡੇ ਮਾਹ ਗੱਡੀ ਰੋਕ ਆਪਾਂ ਚਾਰਜ ਕਰਾ ਲਈਏ ਤਰੋ ਮੈਂ ਰੋਕਿਆ ਤੇ ਛੋਟਾ ਜਿਹਾ ਮੁੰਡਾ ਭੱਜ ਕੇ ਆਇਆ ਫਿਰ ਉਹ ਮਾਲਕ ਕੋਲ ਗਿਆ ਕਹਿੰਦਾ ਭਾਜੀ ਉਹ ਸੰਗਾ ਉਹ ਹੀ ਵੀਡੀਓ ਵਾਲਾ ਹੂੰ ਮੈਂ ਸੋਚਿਆ ਮੈਨੂੰ ਯਾਰ ਇਹਨੂੰ ਪਤਾ ਲੱਗ ਗਿਆ ਬੰਗਾ ਤੇ ਸੰਗਾ ਕਾਫੀ ਦੂਰ ਇੱਥੋਂ 100 ਕਿਲੋਮੀਟਰ ਪੈਂਦਾ ਮੈਂ ਤਾਂ ਅਨੰਦਪੁਰ ਪਤਾ ਲੱਗੂ ਲੋਕਾਂ ਨੂੰ ਮੈਂ ਧਰੋ ਆਇਆ ਤੇ ਉਹਨੇ ਮੈਨੂੰ ਬਾਹ ਲਿਆ ਜੀ ਉਸਨੇ ਹਾਂ ਬਾਹ ਕੇ ਕਹਿੰਦਾ ਜਸਦਾ ਜੀ ਬੈਠੋ ਕੋਈ ਗੱਲ ਨਹੀਂ ਆ ਚਲਦਿਆਂ ਰਹਿਂਦੀਆਂ ਗੱਲਾਂ ਬਾਤਾਂ ਥੋੜੀ ਬਦਲੋ ਕਰਦੇ ਹੁੰਦੇ ਤਰੋਂ ਰਾਜਨੀਤੀ ਬੰਦਾ ਚੜਦਾ ਨਾ ਡੰਡੇ ਦੀ ਪੌੜੀ ਤੇ ਲੋਕ ਬੜਾ ਕੋ ਖਿਚਣ ਵਾਲੇ ਬੜੇ ਬੈਠੇ ਹੁੰਦੇ ਆ ਕੋਈ ਗੱਲ ਨਹੀਂ ਚਲੋ ਜੀ ਉਹਨੇ ਮੈਨੂੰ ਚਾਹ ਪਿਆਈ ਮੈਂ ਉਹਨੂੰ ਜਾਣਦਾ ਨਹੀਂ ਜੀ ਹੂੰ ਉਹਨਾਂ ਮੈਨੂੰ ਚਾਹ ਪਿਆਈ ਚਾਹ ਪੀਉਣ ਤੋਂ ਬਾਅਦ ਮੈਨੂੰ ਕਹਿੰਦੇ ਜੀ ਮੇਰਾ ਚਾਰਜ ਕੀਤਾ ਫੋਨ ਤੇ ਮੈਂ ਕਿੰਨੇ ਪੈਸੇ ਕਹਿੰਦੇ ਆ ਪੈਸਾ ਨਹੀਂ ਲੈਣਾ ਹੂੰ ਹੂੰ ਮੈਂ ਨਹੀਂ ਪੈਸੇ ਲਵ ਕਹਿੰਦੇ ਨਾ 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 ਪੈਸਾ ਨਹੀਂ ਕੋਈ ਲੈਣਾ ਜੈਸਦਰ ਜੀ ਤੇ ਕੋਈ ਗੱਲ ਨਹੀਂ ਤੇ ਉਹਨੇ ਚਾਰਜ ਮਹੀਨੇ ਦਾ ਕਰਨਾ ਸੀ ਉਹਨੇ ਦੋ ਮਹੀਨੇ ਦਾ ਚਾਰਜ ਕਰਤਾ ਹੂੰ ਤੇ ਮੈਂ ਬੜੇ ਜੋਰ ਨਾਲ ਪਾਹੇ ਮੈਂ ਪਹਿਲੇ ਲੋਜਾ ਤੁਹਾਡਾ ਕਾਰੋਬਾਰ ਆ ਹੂੰ ਕਹਿੰਦੇ ਨਹੀਂ ਜੀ ਤੁਰੀ ਬਹੁਤ ਤੁਹਾਡੇ ਤੇ ਪੀੜਾਂ ਬਣੀਆਂ ਆ ਤੁਰੀ ਜਾ ਕੋਈ ਗੱਲ ਨਹੀਂ ਹਾਂ ਮਹਾਰਾਜ ਫੇਰ ਲਾਵਾਂਗੇ ਗਰੇ ਸਮੇਂ ਹੋਂ ਤੇ ਚਲੋ ਜੀ ਮੈਂ ਨੰਦਪੁਰ ਸਾਹਿਬ ਚੱਲ ਗਿਆ ਨੰਦਪੁਰ ਸਾਹਿਬ ਜਾਣ ਤੋਂ ਬਾਅਦ ਮੈਂ ਜਾ ਕੇ ਬਾਬਿਆਂ ਦਾ ਕੋ ਡੇਰਾ ਸੀ ਬਾਬੇ ਸਰਖਣ ਸੁਵਾਨਾ ਦਾ ਮੈਂ ਉਹ ਕਮਰੇ ਚ ਉੱਥੇ ਮਰੇ ਆ ਜੀ ਰਹਿਣ ਤੋਂ ਬਾਅਦ ਕੀਤਾ ਤੇ ਕੁਝ ਲੋਕਾਂ ਨੂੰ ਉੱਥੇ ਪਤਾ ਲੱਗ ਗਿਆ ਸੰਗਾ ਚਲੋ ਮੈਂ 2 ਦਿਨ ਮੈਂ ਸੇਵਾ ਕੀਤੀ ਉੱਥੇ ਮੈਂ ਪੱਗ ਨਹੀਂ ਬੰਨੀ ਪੱਗ ਤੋਂ ਮੇਰਾ ਬਹੁਤ ਪਤਾ ਲੱਗ ਜਾਂਦਾ ਲੋਕੀਆ ਸੰਗਾ ਕਿੱਥੇ ਮਰਜੀ ਚਾਉਂ ਜੇ ਖਰਜਾ ਲੋਕਾਂ ਨੂੰ ਪਤਾ ਲੱਗ ਜਾਂਦਾ ਸੰਗਾ ਆ ਗਿਆ ਜੀ ਚਲੋ ਜੀ ਮੈਂ 2 ਦਿਨ ਲਈ ਮੈਂ ਫਤੇਗਰ ਸਾਹਿਬ ਆ ਗਿਆ ਹੰਂ ਨੰਦਪੁਰ ਸਾਹਿਬ ਤੋਂ ਜੀ ਲੋਕੀ ਜਾਂਦਾ ਡੈਗੇ ਨੰਦਪੁਰ ਸਾਹਿਬ ਬਹੁਤ ਮਿਲੂ ਜਿਆਦਾ ਤੇ ਆਪ ਨੂੰ ਥੋੜਾ ਜਾਵੇ ਜਰ ਜ਼ਿੰਦਗੀ ਹੁੰਦੀ ਸੀ ਤੇ ਮੈਂ ਫਤੇਗਰ ਸਾਹਿਬ ਆ ਗਿਆ ਫਤੇਗਰ ਸਾਹਿਬ ਮੈਂ ਦਰਸ਼ਨ ਕੀਤੇ ਚਲੋ ਜੀ 15 ਦਿਨ ਮੈਂ ਬਾਹਰ ਲਾਏ ਜੀ ਬਾਹਰ ਜਾ ਕਰੇ ਨਹੀਂ ਵੜੇ ਨਹੀਂ ਉਹ ਤੋਂ ਬਾਅਦ ਮੈਂ ਘਰ ਆ ਗਿਆ ਜੀ ਜੀ ਘਰ ਆ ਗਿਆ ਤੇ ਚਲੋ ਕਿਤਰਾ ਮਾਜੇ ਦੇ ਲੋਕਾਂ ਦੀ ਬੱਕਰੀ ਬੱਕਰੀ ਸੋਚ ਕਿਚਰਾ ਕਰਦੇ ਹੋਣੇ ਹਾਂ ਜੀ ਹਾਂ ਜੀ ਕਿਤਰਾ ਮਰਜੀ ਲਾ ਲੋ ਜੀ ਹੁਣ ਲਾਲ ਮੈਂ ਕੀਤਾ ਕੀਤਾ ਸੰਗਾ ਜੀ ਨੇ ਜੀ ਬੀਬੀਆਂ ਨਾਲ ਗੱਲਾਂ ਕਰਦਾ ਹੀ ਉਹ ਆ ਜੋ ਅੱਜ ਹਾਂ ਹਾਂ ਜੀ ਇਸ ਤਰ੍ਹਾਂ ਬੜਾ ਕੀਤਾ ਥੋੜੇ ਦਿਨ ਪਾਏ ਜੀ ਮੁੜ ਕੇ ਫਿਰ ਪੱਗਾਂ ਦਾ ਮਸਲਾ ਉੱਠਿਆ ਬਹੁਤ ਜ਼ਿਆਦਾ ਕਿਹਨੇ ਪੱਗ ਬਣ ਲਈ ਗੰਡੇ ਦੇਲੇ ਕੱਦੂ ਦੇਲੇ ਜੋ ਲੱਭਾ ਕਰੀ ਗਿਆ ਕੋਈ ਸਰਗੇ ਰੀਸ਼ ਕੀਤੀ ਮੇਰੇ ਪੱਗਾਂ ਦੀ ਰੀਸ਼ ਨਹੀਂ ਹੋਈ ਉਤਰਾ ਹੂੰ ਤੋਂ ਮੇਰੇ ਨਾਲ ਦੇ ਪੱਗ ਨਹੀਂ ਕੋਈ ਬਣ ਜਾਂਦਾ ਹੂੰ 5 ਮਿੰਟ ਲਾਉਂਦਾ ਜੀ ਮੈਂ ਪੱਗ ਬੰਨਣ ਚ ਹੂੰ ਹਾਂ 5 ਮਿੰਟੇ ਮੈਂ ਪੱਗ ਬੰਨ ਲੈਂਦਾ ਜੀ ਚਲੋ ਮੁੜ ਕੇ ਹੌਲੀ 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 ਚੱਲਦਾ ਰਿਹਾ ਚਲੋ ਮੁੜ ਕੇ ਲੋਕੀ ਲੋਕ ਮੇ ਨਾਲ ਸਹਿਮਤ ਹੋ ਗਏ ਸੰਗਾ ਜੀ ਬੰਦਾ ਬਹੁਤ ਵਧੀਆ ਹੈ ਬਹੁਤ ਵਧੀਆ ਮੁੜ ਕੇ ਲੋਕ ਫੋਟੋਆਂ ਡਾਗੇ ਕਰਉਣ ਮੈਨਾਂ ਹੂੰ ਹਾਂ ਇਹ ਸਾਰਾ ਕੁਝ ਆਪਣੇ ਆਪ ਹੀ ਬਦਲ ਗਿਆ ਆਪੇ ਬਦਲ ਗਿਆ ਸਾਰਾ ਕੁਝ ਜੋ ਰੱਬ ਕਰਦਾ ਜੀ ਆਪੇ ਕਰਦਾ ਉਹਦੇ ਪਾਣੀ ਅੰਦਰ ਹੀ ਹੋ ਜਾਂਦਾ ਸਾਰਾ ਕੁਝ ਬਿਲਕੁਲ ਸਹੀ ਹੈ ਚਲੋ ਜੀ ਮੇਰੀਆਂ ਬਾਅਦ ਮੈਨਾਂ ਫੋਟੋ ਡਾਗੇ ਲੋਕ ਕਰਉਣ ਹੁਣ ਤੀ ਤੇ ਮੇਰੀ 1.5 ਲੱਖ ਫੋਟੋ ਹੋ ਗਈ ਆ ਹੂੰ ਵਾਵਾ ਹਾਂ ਫਿਰ ਮੈਂ ਅਨੰਦਪੁਰ ਸਾਹਿਬ ਗਿਆ ਜੀ ਹੁੱਲੇ ਮੱਲੇ ਤੇ ਹੁਣ ਉੱਥੇ ਲੋਕਾਂ ਨੇ ਮੈਨੂੰ ਮਥਾ ਡੇਕਾ ਨਹੀਂ ਦਿੱਤਾ ਹੂੰ ਉਥੇ ਫੋਟੋਆਂ ਡਾਗੇ ਕਰਉਣ ਉੱਤਰਦੇ ਮੇਰੇ ਗੱਡੀ 'ਚ ਇਹ ਮੱਥਾ ਟੇਕਣ ਗੁਰਦਾਰੇ ਮੈਨੂੰ ਡੇਰ ਘੰਟਾ ਲੱਗ ਗਿਆ ਜਦੋਂ ਤੁਹਾਡੇ ਕੋਲ ਹੁਣ ਫੋਟੋਆਂ ਖਿਚਾਉਣ ਦੇ ਲਈ ਆਉਂਦੇ ਨੇ ਜਦੋਂ ਇੰਨੇ ਲੋਕਾਂ ਨੇ ਤੁਹਾਡੇ ਨਾਲ ਫੋਟੋਆਂ ਖਿਚਾ ਲਈਆਂ ਤੇ ਉਹ ਕੀ ਕਹਿੰਦੇ ਰਹੇ ਤੁਹਾਨੂੰ ਆਹ ਉਹ ਕਹਿੰਦੇ ਸੰਗਾ ਸਾਹਿਬ ਬਹੁਤ ਵਧੀਆ ਬੰਦੇ ਆ ਇਹਨਾਂ ਦਾ ਵਰਲਡ ਚ ਨਾਮ ਹੋ ਗਿਆ ਹੈ ਜੀ ਠੀਕ ਹੈ ਬਹੁਤ ਮਸ਼ਹੂਰ ਬੰਦੇ ਆ ਸੰਗਾ ਜੀ ਹਾਂ ਬਹੁਤ ਮੇਰੇ ਨਾਲ ਫੋਟੋ ਕਰਾਉਂਦੇ ਆ ਆ ਤੁਹਾਡੇ ਥੱਲੇ ਹੁਣੇ ਸਟੂਡੀਓ ਦੇ ਹਾਂ ਮੈਂ ਤੇਰੇ ਥੱਲੇ ਆਏ ਆ ਤੇ ਕੋਈ ਮੋਟਰਸਾਈਕਲ ਵਾਲੇ 325 ਜਾਨੇ ਉਹਨਾਂ ਰੋਕ ਲਿਆ ਮੈਂ ਤਾਂ ਚੱਲਣ ਦੇ ਆ ਸੰਗਾ ਜੀ ਸੰਗਾ ਜੀ ਮੈਂ ਯਾਰ ਇਹ ਜਰੰਦਰ ਵਾਲੇ ਨਹੀਂ ਛੱਡਦੇ ਯਾਰੇ ਉਹਨਾਂ ਫੋਟੋ ਕਰਾਈ ਤੇ ਮੈਂ ਆ ਤੁਹਾਨੂੰ ਪਤਾ ਮੈਂ ਕੌਣ ਆ ਦੱਸੋ ਕਹਿੰਦੇ ਸੰਘਾ ਬਾਉ ਹਾਂ ਫੋਟੋ ਡੈਗ ਕੇ ਕਰੋ ਉਹਨ ਕਹਿੰਦੇ ਫੋਟੋ ਕਰੋ ਮੈਂ ਕਰਾਈਆਂ ਫੋਟੋ ਵਾ ਵਾ ਹਾਂ ਮੈਂ ਫੋਟੋ ਕਰਾਈਆਂ ਮੈਂ ਠੀਕ ਆ ਕਹਿੰਦੇ ਖੋਸਾ ਸੰਘਾ ਜੀ ਮੇਰੇ ਗੁੱਡੀ ਹੱਥ ਲਾਏ ਉਹਨ ਸਾਰਿਆਂ ਨੇ ਉਹਨਾਂ ਲੋਕਾਂ ਨੇ ਇਹ ਗੱਲ ਕਹੀ ਕਿ ਸੰਘਾ ਸਾਹਿਬ ਦਾ ਕਿਰਦਾਰ ਸਹੀ ਨਹੀਂ ਹਾਂ ਚਰਿੱਤਰ ਸਹੀ ਨਹੀਂ ਹਾਂ ਕੁੜੀਆਂ ਨਾਲ ਗੱਲਾਂ ਕਰਦਾ ਲੋਕਾਂ ਨੇ ਇਹਦੇ ਤੇ ਸਵਾਦ ਲਿਆ ਗਾਲਾਂ ਕੱਢੀਆਂ ਮਾਰਾ ਚੰਗਾ ਕਿਹਾ ਹੁਣ ਉਹਦੇ ਵਿੱਚੋਂ ਵੱਡੀ ਗਿਣਤੀ ਚ ਕਹਿੰਦੇ ਸੰਘਾ ਸਾਹਿਬ ਸੌ ਬੰਦਾ ਬਹੁਤ ਵਧੀਆ ਬੰਦਾ ਬੀਬਾ ਬਹੁਤ ਵਧੀਆ ਬੰਦਾ ਰੱਬ ਦੀ ਰਜ਼ਾ ਤੇ ਰਹਿਣ ਵਾਲਾ ਫਿਰ ਕੀ ਮਹਿਸੂਸ ਕਰਦੇ ਵੀ ਮਹੀਨੇ ਤਾਂ ਹਲੇ 2 ਵੀ ਨਹੀਂ ਪਏ ਉਸ ਗੱਲ ਨੂੰ ਤੇ ਲੋਕ ਬਦਲ ਗਏ ਦੇਖੋ ਜੀ ਆ ਸਾਰਾ ਕੁਝ ਤਰੋ ਲੋਕ ਬਦਲਦੇ ਆ ਨਾ ਹ ਰੱਬ ਵੱਸਦਾ ਇਹਨਾਂ ਲੋਕਾਂ ਚ ਹੂੰ ਠੀਕ ਹੈ ਨਾ ਰੱਬ ਦੇ ਮਨੋਂ ਪਤਾ ਨਹੀਂ ਹਿਲਦਾ ਠੀਕ ਹੈ ਜੀ ਇਹਨਾਂ ਲੋਕਾਂ ਨੇ ਬੜਾ ਕੁਝ ਕੀਤਾ ਚਲੋ ਮੈਂ ਬੜੀ ਬੇਨਤੀ ਕੀਤੀ ਮੈਂ ਗੁਰਦਾਰੇ ਸਾਹਿਬ ਜਾਂਦਾ ਰਿਹਾ ਤਰਨ ਤਨ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਮੱਥਾ ਟੇਕਨ ਮੈਂ ਉੱਥੇ ਜਾ ਕੇ ਮਹਾਰਾਜ ਦੇ ਬੇਨਤੀ ਕਰਦਾ ਰਿਹਾ ਦੋਨ ਟਾਈਮ ਮਹਾਰਾਜ ਕਹਿੰਦਾ ਮੇਰੀਆਂ ਖਬਰਾਂ ਸ਼ੇਅਰ ਕੀਤੀਆਂ ਨਾ ਸਤਪੁਰ ਅੱਜ ਕੀ ਟਿਕ ਟੂਬ ਤੇ ਸਾਰਿਆਂ ਤੇ ਬਾਬਾ ਬੁੱਢਾ ਸਾਹਿਬ ਇਹਨਾਂ ਦੀ ਵੱਡੀ ਉਮਰ ਕਰ ਇਹਨਾਂ ਜੀਆਂ ਦੀ ਗੁਰੂ ਸਾਹਿਬ ਇਹਨਾਂ ਦੇ ਬੱਚੇ ਚੜ੍ਹਦੀ ਕਲਾ ਰੱਖੇ ਮੈਂ ਉਹਨਾਂ ਲੋਕਾਂ ਦਾ ਭਲਾ ਹੀ ਮੰਗਿਆ ਕਹਿੰਦਾ ਮੇਰਾ ਬੁੱਢਾ ਮੰਗਿਆ ਮੈਂ ਉਹਨਾਂ ਦਾ ਭਲਾ ਮੰਗਦਾ ਤੇ ਮੈਂ ਗੁਰੂ ਸਾਹਿਬ ਇਹਨਾਂ ਦਾ ਭਲਾ ਕਰੇ ਇਹਨਾਂ ਨੂੰ ਗੁਰੂ ਸਾਹਿ ਦੁਨੀਆ ਤੇ ਜੀਂਦੇ ਰਹੇ ਜੀ ਤੇ ਜਦੋਂ ਤੁਸੀਂ ਦੇਖਦੇ ਸੀ ਟਿਕਟੌਕ ਦੇ ਉੱਪਰ ਜਾਂ ਹੋਰ ਵੀਡੀਓਜ਼ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੀ ਦਸਤਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਹਨਾਂ ਲੋਕਾਂ ਵੱਲੋਂ ਤੇ ਕਿਸੇ ਤੋਂ ਵੀ ਮਤਲਬ ਸਾਨੂੰ ਬੜਾ ਦੁੱਖ ਹੋਇਆ ਸੀ ਇਸ ਚੀਜ਼ ਦਾ ਕਿ ਅਸੀਂ ਦਸਤਾਰ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਨਕਲ ਕਰਨ ਦੇ ਕਰਕੇ ਸੋ ਉਦੋਂ ਮਨ ਦੇ ਉੱਪਰ ਕੀ ਭੀਤਦਾ ਹੁੰਦਾ ਸੀ ਕਿ ਲੋਕ ਜਿਹਦੇ ਹੱਥ 'ਚ ਕੰਬਲ ਆਇਆ ਉਹ ਕੰਬਲ ਨਾਲ ਹੀ ਸ਼ੁਰੂ ਹੋ ਗਿਆ ਜਿਹਦੇ ਹੱਥ 'ਚ ਕੋਈ ਹੋਰ ਚੀਜ਼ ਆਈ ਉਹ ਉਦੋਂ ਹੀ ਸ਼ੁਰੂ ਹੋ ਗਿਆ ਉਦੋਂ ਮਨ ਦੇ ਕੀ ਬਲਵਲੇ ਸੀ ਦੇਖੋ ਜੀ ਗੱਲ ਮਨ ਤੇ ਬੜੀ ਚਲੋ ਸਾਟੇ ਵਜਦੀ ਆ ਤੇ ਨਾਲ ਲੋਕਾਂ ਨੇ ਕੀ ਕੀਤਾ ਸਾਡੇ ਬਦਲੇ ਪੱਗ ਦੇ ਮਸਲੇ ਤੇ ਬੜਾ ਤਕਰਾਈਸੂ ਬਣਾ ਲਿਆ ਜੋ ਕੀਤਾ ਕੰਬਲ ਆ ਮੇਰੇ ਬੰਦਿਆਂ ਨੇ ਕੀਤਾ ਬੀਬੀਆਂ ਕੀਤਾ ਜੀ ਬਿਲਕੁਲ ਬੀਬੀਆਂ ਕੋਲ ਜੋ ਚੁੰਨੀ ਆਈ ਉਹਨੇ ਚੁੰਨੀ ਦੀ ਨਕਲ ਕਰਕੇ ਨੁੱਕਰ ਕੀਤੀ ਸੰਘਿਆਂ ਨੂੰ ਪੱਗ ਬੰਨਈਏ ਹੂੰ ਠੀਕ ਆ ਜੀ ਬਿਲਕੁਲ ਸਹੀ ਆ ਕੁਝ ਮੇਰੇ ਪਿੰਡ ਦੇ ਬੰਦੇ ਹੈ ਹੀ ਹੂੰ ਕੇਰੇ ਬਾਹਰ ਦੇ ਦੇਸ਼ ਆ ਉਹਨਾਂ ਨਕਲ ਕੀਤੀ ਤੇ ਪੱਗ ਬੰਨਈਏ ਸੰਘੇ ਰਾਲ ਦੀ ਨਹੀਂ ਚਲੋ ਰਾਂਝਾ ਖੁਸ਼ਕੀਤਾ ਜੀ ਉਹਨਾਂ ਲੋਕਾਂ ਨੇ ਬਹੁਤ ਆਪਣਾ ਸਵਾਦ ਲਿਆ ਹਾਂ ਪੂਰਾ ਉਹਨਾਂ ਰਾਂਝਾ ਖੁਸ਼ਕੀਤਾ ਹਾਂ ਰਾਂਝਾ ਖੁਸ਼ਕੀਤਾ ਤੇ ਬੱਸ ਕਿਹਤਰਾ ਜੀ ਹੋਣਾ ਉਹਨਾਂ ਸੰਗਾ ਖਤਮ ਹੋ ਜਾਣਾ ਆ ਸੰਗਾ ਮਰ ਜਾਣਾ ਆ ਬੱਸ ਉਹਨੂੰ ਖਤਮ ਹੋ ਜਾਣਾ ਹੁਣ ਨਹੀਂ ਉਹ ਗੱਲਾਂ ਨਹੀਂ ਰਹਿਣਗੀਆਂ ਉਹਨਾਂ ਨੂੰ ਕੀ ਮਿਲਿਆ ਹੋਗਾ ਮੈਂ ਵੈਸੇ ਅਜੇ ਸਵਾਲ ਕਰਨਾ ਚਾਹੁੰਨਾ ਵੀ ਜਿਹੜੇ ਵੀ ਬੰਦੇ ਦੂਜੇ ਦੇ ਉੱਤੇ ਇਦਾਂ ਬਾਜ਼ ਅੱਖ ਰੱਖਦੇ ਆ ਸਵਾਦ ਲੈਣ ਦੇ ਲਈ ਏ ਐਦਾਂ ਹੈ ਉਹ ਐਦਾਂ ਦੀ ਹੈ ਫਲਾਣਾ ਹੈ ਉਹਦੇ ਵਿੱਚੋਂ ਆਪਾਂ ਨੂੰ ਕੀ ਮਿਲਦਾ ਨਾਲੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਟਾਣਾ ਸਾਹਿਬ ਇਹ ਹੁੰਦੀ ਹੈ ਕਿ ਜੇਕਰ ਅਸੀਂ ਆਪ ਦੁੱਧ ਤੋਤੇ ਹਾਂ ਜੇ ਅਸੀਂ ਆਪ ਕੁਝ ਵੀ ਗਲਤ ਨਹੀਂ ਕਰਦੇ ਤਾਂ ਅਸੀਂ ਕਿਸੇ ਤੇ ਉਂਗਲ ਚੁੱਕ ਸਕਦੇ ਹਾਂ ਜੇ ਅਸੀਂ ਆਪ ਵੀ ਕਿਰਦਾਰ ਪੱਖੋਂ ਓਵੇਂ ਦੇ ਹੀ ਹਾਂ ਤਾਂ ਸਾਨੂੰ ਕਿਸੇ ਨੂੰ ਮਾੜਾ ਚੰਗਾ ਕਹਿਣ ਦਾ ਕੋਈ ਹੱਕ ਨਹੀਂ ਹੈ ਬਿਲਕੁਲ ਤੇ ਸੰਗਤ ਸਾਹਿਬ ਇੱਕ ਹੋਰ ਜਾਣਕਾਰੀ ਦਿਓ ਜਿਹੜੀਆਂ ਬੀਬੀਆਂ ਦੇ ਨਾਲ ਜਿਹੜੀਆਂ ਕੁੜੀਆਂ ਚੜੀਆਂ ਨਾਲ ਤੁਹਾਡੀਆਂ ਆਡੀਓ ਕਲਿੱਪ ਵਾਇਰਲ ਹੋਈਆਂ ਉਹ ਤੁਹਾਡੇ ਹੁਣ ਵੀ ਸੰਪਰਕ ਦੇ ਵਿੱਚ ਆ ਕਦੇ-ਕਦੇ ਹੀ ਫੋਨ ਦੀ ਟੱਲੀ ਮਾਰ ਲੈਨੇ ਉਧਰ ਕਨੀ ਨਹੀਂ ਭਾਜੀ ਮੈਂ ਨਹੀਂ ਜੀ ਨਹੀਂ ਮਾਰਾ ਗੁਰੂ ਸਾਹਿਬ ਇਹ ਕਰੇ ਦੂਰ ਰਹਿਣਾ ਚੰਗਾਈ ਆ ਹੂੰ ਠੀਕ ਹੈ ਨਾ ਦੂਰ ਰਹਿਣਾ ਚੰਗਾ ਚਲੋ ਕਦੇ ਉਹਨਾਂ ਨੇ ਕੀਤਾ ਹੋਵੇ ਸੰਗਾ ਸਾਹਿਬ ਹੁਣ ਨਹੀਂ ਗੱਲ ਕਰਦੇਗੇ ਨਹੀਂ ਨਹੀਂ ਪਾਜੀ ਹੁਣ ਸ਼ੂਰ ਹੋ ਕੇ ਬਦਲ ਗਏ ਆ ਨਹੀਂ ਜੀ ਇਹੋ ਜੀ ਗੱਲ ਨਹੀਂ ਹੋਈ ਕਰੇ ਜੀ ਹਾਂ ਨਾ ਪਾਜੀ ਪੱਕਾ ਜਦੋਂ ਇਹ ਇੰਨੀ ਜ਼ਿਆਦਾ ਵਾਇਰਲ ਹੋ ਗਈ ਸੀ ਤੁਹਾਡੀ ਆਡੀਓ ਉਦੋਂ ਵੀ ਨਹੀਂ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਕੋਈ ਉਲਾਮਾ ਦਿੱਤਾ ਹੋਵੇ ਵੀ ਆ ਕੀ ਹੋ ਗਿਆ ਆ ਕੁਝ ਨਹੀਂ ਕੋਈ ਨੀਰਾਮਾ ਦਿੱਤਾ ਜੀ ਆਹ ਅੱਛਾ ਉਧਰੋਂ ਵੀ ਸਭ ਕੁਝ ਸ਼ਾਂਤ ਹੂੰ ਇਧਰੋਂ ਵੀ ਸਭ ਕੁਝ ਸ਼ਾਂਤ ਹੂੰ ਤੇ ਜੀਨੇ ਪੁਚਾਰ ਲਿਆਉਣਾ ਲੋਕਾਂ ਨੇ ਲਿਆਤਾ ਪੂਰਾ ਲੋਕਾਂ ਲੈ ਜਾਂਦਾ ਪੂਰਾ ਚੱਕਰ ਲੈ ਜਾਂਦਾ ਨੰਬਰ ਨੰਬਰ ਉਹਨਾਂ ਦੇ ਹੈਗੇ ਕਿ ਡਿਲੀਟ ਕਰਤੇ ਬੀਬੀਆਂ ਦੇ ਸਾਰਿਆਂ ਦੇ ਨੰਬਰ ਚਲੋ ਸਟਾਫ ਉਹਨੇ ਰਾਬੀ ਜਾਂਦਾ ਹਾਂ ਜੋ ਹੁੰਦਾ ਠੀਕ ਹੈ ਚਲੋ ਲੋਕਾਂ ਨੇ ਰਾਜੇ ਖੋਜ ਕੀਤੇ ਮੈਂ ਤੁਹਾਡੇ ਟਾਣਾ ਸਾਹਿਬ ਜੀ ਮੈਂ ਕਹਿਣਾ ਕਹਿਣਾ ਚਾਹੁੰਦਾ ਤੁਹਾਡੇ ਇੱਥੇ ਬੈਠਾ ਅੱਜ ਤੇ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਉਹਨਾਂ ਵੀ ਕਹਿੰਦਾ ਮੇਰੀਆਂ ਖਬਰਾਂ ਸ਼ੇਅਰ ਕੀਤੀਆਂ ਮਹਾਰਾਜ ਉਹਨਾਂ ਨੂੰ ਵੱਡੀ ਉਮਰ ਬਚ ਕੇ ਬਾਬਾ ਬੁੱਢਾ ਸਾਹਿਬ ਚੜ੍ਹਦੀ ਕਲਾ ਰਹਿਣ ਠੀਕ ਹੈ ਮੈਂ ਹਰ ਦਰ ਗੁਰਦਾਰੇ ਮੱਥਾ ਟੇਕਣ ਜਾਂਦਾ ਗੁਰਦਰਾ ਸਾਹਿਬ ਮੈਂ ਸੁੱਖ ਹੀ ਮੰਗਦਾ ਉਹਨਾਂ ਦੀ ਤੁਰੀ ਮੇਰੀਆਂ ਖਬਰਾਂ ਸ਼ੇਅਰ ਕੀਤੀਆਂ ਰੱਜ ਕੇ ਕੀਤੀਆਂ ਕੋਈ ਗੋਲੀ ਤੋਂ ਘੱਟ ਨਹੀਂ ਕੰਮ ਕੀਤਾ ਕਿ ਤਰਾ ਗੋਲੀ ਚਲਦੀ ਆ ਨਾ ਇਹ ਹਰ ਰਫਲ ਚੋਂ ਨਿਕਲਦੀ ਆ ਤੇ ਬੰਦਾ ਬਾਈਦਾ ਨਹੀਂ ਉਹਨਾਂ ਰਫਲ ਵਾਲੀ ਗੋਲੀ ਤੋਂ ਕੱਢਣ ਤੋਂ ਘੱਟ ਨਹੀਂ ਕੀਤੀ ਮੈਂ ਉਹਨਾਂ ਲੋਕਾਂ ਦੀ ਸੁੱਖ ਮੰਗਦਾ ਮਾਰਾ ਬਾਬਾ ਬੁੱਢਾ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾਰਾ ਵਾਹ ਕੀ ਬਾਤ ਹੈ ਮਾਰਾ ਮੇਰ ਕਰੇ ਉਹਨਾਂ ਨਾਲ ਸੰਗਤ ਸਾਹਿਬ ਤੁਹਾਡੀ ਜਿਹੜੀ ਦਸਤਾਰ ਆ ਇਹ ਤੁਸੀਂ ਕਿਵੇਂ ਸਜਾਉਂਦੇ ਹੋ ਇਹ ਦਸਤਾਰ ਕਿਵੇਂ ਬੰਨਦੇ ਹੋ ਤੁਸੀਂ ਪੱਗ ਕਿਵੇਂ ਬੰਨਦੇ ਹੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਅੱਗੇ ਨੂੰ ਵੱਧ ਕੇ ਆਉਂਦੀ ਆ ਮੈਂ ਦੇਖੋ ਜੀ ਸਵੇਹਾ ਮੇਰਾ ਯਾਰ ਹੈ ਮੁੰਡਾ ਰਵੀ ਖੈਰਾ ਹਾਂ ਮੈਨੂੰ ਕਹਿੰਦਾ ਸੰਗਾ ਜੀ ਕਿੰਨਾ ਚਿਰ ਪੱਗ ਤੇ ਲੱਗੂ ਮੈਂ 5 ਮਿੰਟ ਲੱਗਨੇ ਸਾਰੇ ਪੱਗ ਤੇ ਜਿਆਦਾ ਲੰਮਾ ਸਮਾਂ ਨਹੀਂ ਕਹਿੰਦਾ ਨਹੀਂ ਜਿਆਦਾ ਚਿਰ ਲੱਗਣਾ ਕੋਈ ਜੀ ਤੂੰ ਪੱਗ ਬੰਨਦਾ ਹੂੰ ਚਲੋ ਮੈਂ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਆਪਣੀ 5 ਮਿੰਟ ਹੀ ਲੱਗੇ ਹੂੰ 5 ਮਿੰਟਾਂ ਮੈਂ ਪੱਗ ਬੰਨ ਕੇ ਮੈਂ ਤਿਆਰ ਹੋ ਗਿਆ 10 ਮਿੰਟ ਲੱਗੇ ਸਾਰੇ ਕੱਪੜੇ ਕੱਪੜੇ ਪਾਉਂਦਿਆ ਤੇ ਕੋਈ ਐਡਾ ਪਤਾ ਹੱਥ ਢਿੱਗਿਆ ਹਾਂਜੀ ਹੱਥ ਢਿੱਗਣ ਦੀ ਜੋਗਾ ਸੀ ਜੋਗੀ ਹੋਇਆ ਹੂੰ ਮਹਾਨ ਕਵਿਸ਼ਰ ਹਾਂ ਮੈਨੂੰ ਜੋਗਾ ਸਿੰਘ ਜੋਗੀ ਕਹਿੰਦਾ ਸੰਗਾ ਜੀ ਚਲੋ ਨਾ ਸਾਡਾ ਬੜਾ ਤੇਰਾ ਪੱਗ ਚ ਬਹੁਤ ਮਸੂਰ ਆ ਤੂੰ ਹੂੰ ਮੈ ਜੀ ਉਹ ਕਿ ਤਰਾ ਕਹਿੰਦਾ ਤੇਰੀ ਪੱਗ ਬਹੁਤ ਪਿਆਰੀ ਬੰਦਦੇ ਆ ਬਹੁਤ ਵਧੀਆ ਪੱਗ ਬੰਦਦੇ ਆ ਜੋਗਾ ਸਿੰਘ ਜੋਗੀ ਨਾ ਮੇਰਾ ਕਾਫੀ ਪਿਆਰ ਰਿਆ ਜੀ ਬਹੁਤ ਵਧੀਆ ਤੇ ਬਾਕੀ ਮੈਂ ਬੜਾ ਲੰਮਾ ਸਮਾਂ ਮੈਂ ਜੇਲ੍ਹ ਕੱਟੀ ਆ ਜੀ ਅੱਛਾ ਜੀ ਉਹ ਕਿਉਂ ਜੇਲ੍ਹ ਮੈਂ ਜੀ ਉਦੋਂ ਸਮਾਂ ਹੀ ਇਹੋ ਜਿਹਾ ਹੀ ਜੇਲ੍ਹਾਂ ਚ ਜਾਣ ਵਾਲਾ ਕਲਾ ਦੌਰ ਹਾਂ ਪੂਰਾ ਚੱਲਦਾ ਸੀ ਮੈਂ 6.5 ਸਾਲ ਜੇਲ੍ਹ ਕੱਟੀ ਆ ਜੀ ਅੱਛਾ ਮੇਰੀ 12 ਸਾਲ ਦੀ ਉਮਰ ਹੀ ਅੱਛਾ ਹਾਂ 12 ਸਾਲ ਦੀ ਨਹੀਂ ਫਿਰ ਤੁਹਾਡੇ ਕੋਲ ਕੋਈ ਹਥਿਆਰ ਫੜਿਆ ਗਿਆ ਸੀ ਨਹੀਂ ਕੁਝ ਨਹੀਂ ਤੁਸੀਂ ਕਿਸੇ ਦੇ ਨਾਲ ਜੁੜੇ ਹੋਏ ਸੀ ਕਿਸੇ ਗਰੁੱਪ ਦੇ ਨਾਲ ਕਿਸ ਗੱਲ ਕਰਕੇ ਕੱਟੇ ਕਿਹੜੀ ਕਾਰਨ ਕਰਕੇ ਮੈਂ ਜੀ ਦੇਖੋ ਮੇਰੇ ਪਿੰਡ ਦਾ ਇੱਕ کارਕੂ ਭਾਈ ਹੋਇਆ ਅੱਛਾ ਜੀ ਠੀਕ ਆ ਕਾਫੀ ਨਾਲ ਆ ਉਹ ਪੁਲਿਸ ਨੇ ਉਹ ਸੱਕ ਪੈ ਗਿਆ ਸੰਗਾ ਜੀ ਪੁਲ ਪਾਸ ਕਰਾਉਂਦੇ ਉਹਨਾਂ ਨੂੰ ਰਾਤ ਨੂੰ ਪੁਲ ਪਾਸ ਕਰਾਉਂਦੇ ਆ ਪਰਾਂ ਦਿੰਦੇ ਆ ਚਲੋ ਪਰਾਂ ਮੈਂ ਚਲੋ ਬੜੇ ਘੱਟ ਦਿੱਤੀ ਲੋਕਾਂ ਨੇ ਉਹਨਾਂ ਨੇ ਸਾਕ ਕਰ ਲਿਆ ਸੰਗਾ ਜੀ ਨੇ ਪਰਾਂ ਦਿੱਤੀ ਤੇ ਉਹਦਾ ਕਰਕੇ ਮੈਨੂੰ ਮੈਂ ਫੜਿਆ ਗਿਆ ਜੀ ਅਤਿਆਚਾਰ ਵੀ ਹੋਇਆ ਬੜਾ ਹੋਇਆ ਜੀ ਮੇਰੇ ਮੈਂ ਦੱਸਦਾ ਮੇਰੇ ਚੱਡੇ ਪਾਰਦੇ ਰਹੇ ਮੇਰੇ ਪੱਟਾਂ ਤੇ ਕੋਠਨੇ ਲਾਉਂਦੇ ਰਹੇ ਆ ਬਹੁਤ ਮੰਦਾ ਤਰ ਮੈਂ ਪਾਣੀ ਮੰਗਦਾ ਸੀ ਨਾ ਉਦੋਂ ਮੈਨੂੰ ਕਰੰਟ ਲਾਇਆ ਜਾਂਦਾ ਹਾਂ ਹਾਂ ਆਹ ਗਰੀ ਮੇਰੀਆਂ ਬਾਵਾ ਮੈਂ ਇੱਥੇ ਕੁਰਸੀ ਨਾਲ ਬੰਨ ਦਿੰਦੇ ਸੀ ਇੱਥੋਂ ਪਿੱਛੇ ਐ ਬੰਨ ਦਿੰਦੇ ਮਹਿਜ਼ 12 ਸਾਲ ਦੀ ਉਮਰ ਹਾਂ 12 ਸਾਲ ਦੀ ਉਮਰ ਚ ਮੈਂ ਜੇਲ੍ਹ ਕੱਟੀ ਐ ਜੀ ਮੁੜ ਕੇ ਜੇਲ੍ਹ ਵਾਲੇ ਮੈਨੂੰ ਲੈਣਨ ਕਹਿੰਦੇ 아니 ਲੈਣਾ ਨਹੀਂ ਤੂੰ ਬੱਚਾ ਥਾਣੇ ਚਾਹ ਕੁਝ ਹੋਇਆ ਜੇਲ੍ਹ ਵਾਲੇ ਲੈਣਨ ਜੇਲ੍ਹ ਵਾਲੇ ਲੈਣਾ ਮੈਂ ਜੇਲ੍ਹ ਦੇ ਸੁਭਗੰਡਰੋਂ ਕਿਹਾ ਮਹਾਜੀਬ ਤਰੀ ਮੈਨੂੰ ਲੈ ਲੋਂਗੇ ਤੇ ਫਾਇਦਾ ਇਹਨਾਂ ਮੈਨੂੰ ਮਾਰ ਦੇਣਾ ਹੁਣੇ ਬਾਹਰ ਜਾ ਗਏ ਫਿਰ ਨਾਂ ਲਿਆ ਚਲੋ ਜੀ ਕਰਦਾ ਜੇਲ੍ਹ ਦੇ ਸੁਭਗੰਡ ਨੇ ਮੈਨੂੰ ਲੈ ਲਿਆ ਹੂੰ ਕਹਿੰਦਾ ਇਹਨੂੰ ਕੱਲੀ ਚੱਕੀ ਜੀ ਬੰਦ ਰੱਖੋ ਅੰਬਰਸਾਹ ਸੈਂਟਰ ਚ ਜਿਲ੍ਹ ਚ ਮੈਂ ਚੱਕੀ ਚ ਰਿਆ ਮੈਂ ਕਾਫੀ ਚ ਰੋਂਦਾ ਰਿਹਾ ਉੱਥੇ ਜਿਲ੍ਹ ਚ ਇੱਕ ਮਹੀਨਾ ਮੈਂ ਰੋਂਦਾ ਰਿਹਾ ਮੈਂ ਹਯਾਰਾ ਘੇਰੇ ਘੇਰੇ ਕੰਦੇ ਆ ਕਿਤਰਾ ਨਿਕਲਾਂਗਾ ਕਿਆ ਬੜਾ ਕੰਮ ਖਰਾਬ ਹੋ ਗਿਆ ਮੈਨੂੰ ਜੇਲ੍ਹ ਦਾ ਡਿਪਟੀ ਸੁਪਰਗੰਟ ਹੁੰਦਾ ਹਿੰਮਤ ਸਿੰਘ ਹੂੰ ਕਹਿੰਦਾ ਕਸ਼ਮੀਰ ਸਿੰਘ ਰੋਣਾ ਆ ਹੁਣ ਨਹੀਂ ਤੈਨੂੰ ਛੱਡ ਨਾ ਗਏ ਨੇ ਮੈਂ ਹਯਾਰ ਮੈਨੂੰ ਤਰੀ ਘੰਟਾ ਛੱਡੋ ਇੱਕ ਕਹਿੰਦੇ ਨਹੀਂ ਅੰਦਰ ਹੀ ਲਮਾਜ਼ਾ ਕੋਰਟ ਦਾ ਫੈਸਲਾ ਕੋਰਟ ਕੀ ਕਰਦਾ ਕੋਰਟ ਨੇ ਭਰੀ ਕਰਨਾ ਕੋਰਟ ਨੇ ਬੰਦਨਾ ਕੋਰਟ ਨੇ ਛੱਡਣਾ ਹੂੰ ਮੈਂ ਕੀਤਾ ਤੇ ਮੈਂ ਹੁਣ ਚਲੋ ਮੇਰਾ ਮਹੀਨੇ ਬਾਦੋਂ ਮਰੋ ਕੇ ਹਟ ਗਿਆ। ਇਹ ਦਿਨ ਕੀਤਾ ਮੇਰੀ ਤਰੀਕੇ ਅੰਦਰ ਪੈਂਦੀ ਸੀ। ਗਰੇ ਵਾਲ ਜੱਜ ਹੁੰਦਾ ਸੀ। ਗਰੇ ਵਾਲ ਤੇ ਉੱਪਰ। ਮੈਨੂੰ ਕਹਿੰਦੇ ਅੰਦਰ ਖੜਿਆ ਤੇ ਮੈਨੂੰ ਕਹਿੰਦੇ ਕੋਈ ਚੀਜ਼ ਚਾਹੀਦੀ ਦੱਸ ਜਾ ਸਭ। ਮੇਰੇ ਹੱਥੇ ਅੰਦਰ ਕੋਟ ਕੋਟ ਅੰਦਰ ਹੀ ਬਣੀ ਸੀ। ਤੇ ਮੈਂ ਨਾ ਬਰਾਂਟੇ ਮੰਗ ਲਏ ਉਹਨਾਂ ਕੋਲ ਖੇਡਣ ਵਾਲੇ। ਬਰਾਂਟੇ ਹਾਂ ਗੋਲੀਆਂ। ਹਾਂ। ਮੈਂ ਜੱਲ ਸਾਹਿਬ ਨੂੰ ਮੈਨੂੰ ਇੱਕ ਬਰਾਂਟੇ ਚਾਹੀਦੇ ਖੇਡਣ ਵਾਲੇ। ਹੂੰ। ਕਿਤੇ ਨਾ ਮੇਰਾ ਟਾਈਮ ਪਾਸ ਹੋ ਜਾਏ। ਇਸ ਤਰ੍ਹਾਂ ਮੇਰਾ ਦਿਲ ਨਹੀਂ ਲੱਗਦਾ ਅੰਦਰ। ਹਾਂ ਹਾਂ ਕਹਿੰਦੇ ਯਾਰ ਤੂੰ ਛੋਟੀ ਹੈ ਮਾਰਿਆ ਬਹੁਤ ਛੋਟੀ ਹੈ ਮਾਰਿਆ ਠੀਕ ਹੈ ਉਹਨੇ ਫਿਰ ਡਿਊਟੀ ਸਾਹ ਨੂੰ ਬਾਜ ਮਾਰੀ ਜੇਲ ਜੇਲ ਡਿਊਟੀ ਨੂੰ ਕਹਿੰਦਾ ਇਹਨਾਂ ਨੂੰ 100 ਬਰੰਟਾ ਰਾ ਕੇ ਦੇ ਸੰਗਾ ਜੀ ਨੂੰ ਵਾਹ ਅੱਛਾ ਜੀ 100 ਬਰੰਟਾ ਆ ਗਿਆ ਜੀ ਮੈਨੂੰ ਹੂੰ ਗੁੱਥਲੀ ਚ ਪਾਏ ਸੀ ਫਿਰ ਮੈਂ ਖੇਡਨੇ ਸ਼ੁਰੂ ਕਰ ਦਿੱਤੇ ਬਰੰਟੇ ਕੱਲੇ ਢਿੱਜਾ ਹਾਂ ਜੇਲ ਚ ਫਿਰ ਉਹ ਕਹਿੰਦੇ ਕਿ ਇਹਨਾਂ ਨੂੰ ਬਰੰਟੇ ਮੈਂ ਦਿੱਤੇ ਉਹਨਾਂ ਤੋਂ ਕੋ ਮੈਂ ਜਿੱਤ ਲੈਣੇ ਟਾਈਮ ਪਾਸ ਕਰ ਦੇਣਾ ਘੰਟਾ ਤੋਂ ਘੰਟਾ ਟਾਈਮ ਪਾਸ ਕਰ ਮੁਰ ਕੇ ਬੰਦੀ ਹੋ ਜਾਣੀ ਸਾਡੀ 2 ਘੰਟੇ ਅੱਖਾਂ ਬੰਦ ਕਰਦੇ ਹੀ ਦਿੰਦੇ ਨੇ ਮੁਰਕੇ ਫੇਰ ਖੋਲਦੇ ਨੇ ਜੋ ਮੈਂ ਜੱਸਾ ਸਾਹਿਬ ਨੂੰ ਕਿਹਾ ਮੇਰੇ ਹੱਥੇ 1 ਕਿਲੋ ਦੁੱਧ ਲਾਇਆ ਗਿਆ ਹੂੰ ਕਿਲੋ ਦੁੱਧ ਜੇਲ੍ਹ ਦੀ ਗਰੀ ਰੋਟੀ ਹੀ ਰੋਟੀ ਬਹੁਤ ਵਧੀਆ ਆਉਂਦੀ ਜਦੋਂ ਬਾਕੀ ਲੋਕ ਜੋ ਮਰਜ਼ੀ ਕਹੇ ਨਾ ਰੋਟੀ ਬਹੁਤ ਵਧੀਆ ਆਉਂਦੀ ਹੂੰ 4 ਫੁਲਕੇ ਦਿੰਦੇ ਆਪਣੇ ਮਰਜ਼ੀ ਨੂੰ ਤਰੀ 6 ਲੈ ਲਓ 5 4 ਬੜੇ ਜੋੜ ਨਾਲ ਖਾਦੇ ਜਾਂਦੇ ਕਿੱਡੀ ਥਾਲੀ ਨਹੀਂ ਹੁੰਦੀ ਘਰਾਂ ਜਿਹੜੇ ਉਹ ਥਾਲੀ ਤੋਂ ਵੱਡਾ ਹੁੰਦਾ ਹੈ ਰੋਟੀ ਹੂੰ ਜੇਲ੍ਹ ਦੀ ਚਲੋ ਜੇ ਕਿ ਤਾ ਜੇਲ ਦੇ ਵਿੱਚ ਸਬਜੀ ਬਦਲਣਾ ਸਾਗ ਹੋਣਾ ਕਿਹੜਾ ਬਾਹਰ ਸਾਗ ਉਹ ਵਧੀਆ ਬਣਦਾ ਉੱਥੇ ਗੰਦਲਾਂ ਸਨੋਈ ਸਾਗ ਆ ਜਾਂਦਾ ਆ ਖਾਣਾ ਪੈਂਦਾ ਜੀ ਚਾਹ ਆਉਣੀ ਚਾਹ ਬੜਾ ਮੰਦਾ ਹਾਲ ਚਾਹ ਕਿ ਤਰ੍ਹਾਂ ਲੱਗਦਾ ਕਿਰਾ ਸੱਪਰ ਦਾ ਪਾਣੀ ਹੁੰਦਾ ਹੂੰ ਚਾਹ ਮੈਂ ਛੱਡ ਦਿੱਤੀ ਫੇਰ ਫੇਰ ਮਰ ਦੁੱਧ ਉਹਨਾ ਮੈਂ ਦੁੱਧ ਆਪਣਾ ਗੇਰਾ ਮੈਨੂੰ ਮਿਲਣਾ ਕਿ ਲੋ ਉਹ ਚ ਮੈਂ ਮਿੱਠਾ ਪਾ ਕੇ ਮੈਂ ਪੀ ਲਾਂਗਾ ਹੂੰ ਲੰਮਾ ਸਮਾਂ ਮੈਂ ਜੇਲ੍ਹ 'ਚ ਰਹਿਣ ਤੋਂ ਬਾਅਦ ਮੈਂ ਸੋਚਿਆ ਇੱਕ ਦਿਨ ਮੈਂ ਹਾਂ ਜਾ ਰਿਹਾ ਇੱਥੇ ਹੁਣ ਮੈਨੂੰ ਬੜਾ ਭਾਗਾ ਵਾਲੀ ਆ ਮੈਂ ਨਿਕਲ ਜੂਗੇ ਤੇ ਨਿਕਲਿਆ ਨਹੀਂ ਜਾਣਾ ਫਿਰ ਨਿਕਲੇ ਕਿਵੇਂ ਮੈਂ ਸਿਆਹ ਸਾਲਾਂ ਬਾਦੋ ਤੇਰੋ ਕੀਤਾ ਜੇ ਮੈਂ ਨਾ ਇੱਕ ਦਿਨ ਫਾਂਸੀ ਹਾਤਾ ਕਹਿੰਦੇ ਕਿੱਥੇ ਫਾਂਸੀ ਲਾਉਂਦੇ ਆ ਬੰਦਿਆਂ ਨੂੰ ਉਹ ਮੈਂ ਉੱਥੇ ਰਹਿੰਦਾ ਫਾਂਸੀ ਹਾਤੇ ਚ ਮਗਰ ਦੇ ਪਾਸੇ ਫਾਂਸੀ ਹਾਤਾ ਮੈਂ ਕੀਤਾ ਤੇ ਫਾਂਸੀ ਹਾਤੇ ਚ ਮੈਂ ਕਿ ਇੱਕ ਦਿਨ ਨਮਾਦਾਂ ਨੂੰ ਕਿਹਾ ਮੈਂ ਯਾਰ ਫਾਂਸੀ ਹਾਤਾ ਖੋਲ ਦੇਖੀਏ ਕੀ ਚੀਜ਼ ਕਦਰਾ ਬੰਦਿਆਂ ਨੂੰ ਲਾਉਂਦੇ ਫਾਂਸੀ ਲਾਉਂਦੇ ਸਾਨੂੰ ਦਰਸ਼ਨ ਕਰਾ ਦੇ ਯਾਰ ਚਲੋ ਉਹਨੇ ਮੈਨੂੰ ਖੋਲ ਕੇ ਦਰਸ਼ਨ ਕਰਾਏ ਤੇ ਉਹ ਨਾ ਫਟਾ ਇਸ ਤਰ੍ਹਾਂ ਇਸ ਤਰ੍ਹਾਂ ਦਾ ਮੁੜ ਕੇ ਉਹ ਐ ਹੋ ਜਾਂਦਾ ਹਾਂਜੀ ਥੱਲੇ ਡਿੱਗ ਜਾਂਦਾ ਬੰਦਾ ਬਿਲਕੁਲ ਤੇ ਉਹ ਮੁੜ ਦੱਬਦੇ ਆ ਦੂਜੀ ਰਾਹੀ ਉਹਦੀ লাশ ਕੱਢ ਦਿੰਦੇ ਬੰਦੇ ਦੀ ਮੈਂ ਦੇਖਿਆ ਤੇ ਨੀਂਦ ਨਹੀਂ ਰਾਤ ਮੈਂ ਨਾ ਹੋਰ ਕੇ ਸਿੰਘ ਨੂੰ ਦੱਸਿਆ ਮੈਂ ਯਾਰ ਫਾਂਸੀ ਹਾਤਾ ਦੇਖਿਆ ਕੁੜੀ ਨੀਂਦ ਨਹੀਂ ਆਉਂਦੀ ਤੇ ਕਹਿੰਦਾ ਤੂੰ ਦੇਖਣਾ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਯਾਰ ਮੈਂ ਹਾਂ ਆਪਣੇ ਆਤੇ ਬਣੇ ਸਾਰੇ ਕੋਈ ਗੱਲ ਨਹੀਂ ਠੀਕ ਐ ਚਲੋ ਜੀ ਮੈਂ ਆਪਣੀ ਚੱਕੀ ਚ ਰਿਆ ਬੜਾ ਲੰਮਾ ਸਮਾਂ ਉੱਥੇ ਬਾਦ ਮੇਰੇ ਕਿਹਦੇ ਸਾਥੀ ਸੀ ਨਾ ਜੇਲ੍ਹ ਦੇ ਕਹਿੰਦੇ ਸੰਗਾ ਬੜਾ ਔਖਾ ਸੁੱਟਣਾ ਚਾਹ ਤੇਰ ਤੋਂ ਮੈਂ ਚਲੋ ਜੋ ਮੇਰੇ ਘਰ ਦੇ ਮੁਲਾਕਾਤ ਤੇ ਆਉਂਦੇ ਰਹੇ ਸਾਰੇ ਕਰਦੇ ਰਹੇ ਮੜ ਗਿਆ ਇੱਕ ਦਿਨ ਮੈਨੂੰ ਨਾ ਨੰਬਰਦਾਰ ਜੇਲ੍ਹ ਦਾ ਕਹਿੰਦਾ ਕਸ਼ਮੀਰ ਸਿੰਘ ਦੀ ਤੇਰਾ ਕੇਸ ਡਿਸਮਿਸ ਹੋ ਗਿਆ ਵਾਹ ਮੈਂ ਨਾ ਚੱਕੀ ਚ ਬੰਦੇ ਮਾਹੇ ਨਾ ਮਾਰ ਦੇਣਾ ਮੈਨੂੰ ਮੈਨੂੰ ਕੱਢ ਲਿਆ ਕਹਿੰਦੇ ਕੱਪੜੇ ਲੈ ਲੈ ਮੈਂ ਕੁਝ ਕਪਰੇ ਲੈ ਲੈ ਖਾਣ ਪੀਣ ਵਾਲੀ ਚੀਜ਼ਾਂ ਮੈਂ ਲਾ ਕੇ ਦੇ ਦਿੱਤੀਆਂ ਸਾਰੇ ਮਾਦਰੀ ਲੈ ਲੋ ਲੈ ਕੇ ਤੇ ਮੈਂ ਆਪਣੇ ਝੋਲੇ ਚ ਪਾਈਆਂ ਚੀਜ਼ਾਂ ਤੇ ਮੈਂ ਡੇਰੀ ਵਾਲੇ ਪਾਸੇ ਤੁਰ ਪਿਆ ਹੂੰ ਤਰੋਂ ਮੈਂ ਡੇਰੀ ਆਇਆ ਉਹਨਾ ਮੇਰਾ ਨਾਂ ਦੇਖਿਆ ਕਿੱਥੇ ਤੇਰੀ ਸਾਟ ਮੈਂ ਮੇਰੀ ਉਂਗਲ ਵੱਡੀ ਇੱਕ ਅੱਛਾ ਕਹਿੰਦੇ ਠੀਕ ਆ ਤੂੰ ਹੀ ਆ ਕਸ਼ਮੀਰ ਤੋਂ ਤਰੋਂ ਮੈਂ ਬਾਹਰ ਗਿਆ ਤੇ ਉਹ ਚੋਕ ਲਿਆ ਮੈਨੂੰ ਹੂੰ ਪੁਰਸ ਨੇ ਆਪਣੀ ਗੱਡੀ ਚ ਬਾ ਲਿਆ ਬਾ ਕੇ ਮੈਨੂੰ ਰਾਮ ਬਾਗ ਥਾਣੇ ਲਾਏ ਤਰੋਂ ਰਾਮ ਬਾਗ ਥਾਣੇ ਲਿਆਏ ਤੇ ਮੈਂ ਨਾ ਮਾਰ ਦੇਣਾ ਉਹ ਮੈਨੂੰ ਮਾਛੇ ਸਾਲ ਜੇਲ੍ਹ ਗੱਟੀ ਆ ਬਾਹਰ ਇਹਨਾਂ ਮਾਰਨਾ ਆਰਾਮ ਬਾਗਲਾ ਨੇ ਪੁਲਿਸ ਨੇ ਤਰਨ ਦਾੰਦੇ ਪੁਲਿਸ ਨੂੰ ਫੋਨ ਕਰ ਦਿੱਤਾ ਕਹਿੰਦੇ ਜੀ ਛੋਟਾ ਸੰਘਾ ਆ ਗਿਆ ਆ ਕਿਸ ਨੂੰ ਨੀਕੂ ਕਰਕੇ ਕਿਹਾ ਜਾਂਦਾ ਏ ਤੇ ਉਹਨੂੰ ਲੈ ਜਾਓ ਤਰਨ ਦਾੰਦੇ ਪੁਲਿਸ ਆਈ ਮੈਨੂੰ ਲੈ ਗਈ ਤਰਨਤਨ ਤਰੋ ਤਰਨਦਾਂ ਲਈ ਜਾਂਦੀ ਆ ਤੇ ਮੈਂ ਨਾ ਪੁੱਛਣ ਡਿਆ ਲੋਕਾਂ ਨੂੰ ਮੈਂ ਮੈਨੂੰ ਕਿੱਧਰ ਲਈ ਜਾਂਦੇ ਆ ਪੁਲਿਸ ਵਾਲਾਂ ਨੂੰ ਮੈਂ ਗਿਆ ਕਹਿੰਦੇ ਤਰਨਦਾਨ ਮੈਂ ਹਾਂ ਯਾਰ ਤਰਨਦਾਨ ਨਹੀਂ ਲਾਦਦਾ ਆ ਕੋਠੀਆਂ ਕੋਠੀਆਂ ਪੈ ਗਈਆਂ ਇੱਥੇ ਲਾ ਕੇ ਸਾਰੀਆਂ ਉਦੋਂ ਹੈ ਨਹੀਂ ਕੋਈ ਚਲੋ ਭਰੋਸਾ ਨਾ ਆਵੇ ਮੈਨੂੰ ਥਾਣੇ ਬੰਦ ਕਰਤਾ ਨਜ਼ਰਬੰਦ ਅੱਛਾ ਜੀ ਤਰੋਂ ਥਾਣੇ ਬੰਦ ਕਰਦਾ ਬਾਬੇ ਬੋਲੇ ਮਾਰੀ ਸਾਹ ਵਾਲੇ ਬਾਬੇ ਅਗੇ ਤਰਨਦਾਨ ਵਾਲੇ ਜੀ ਤਰੋਂ ਉਹਨਾਂ ਸਾਥ ਤਨ ਵਾਹਿਗੁਰੂ ਬੋਲੇ ਨੇ 4 ਵਜੇ ਫਿਰ ਮੈਂ ਸੋਚਿਆ ਮਾਹਤਰ ਦਰਦੀਆਂ ਹੁਣ ਬਾਬੇ ਬੋਲੇ ਆ ਮੈਂ ਹੁਣ ਠੀਕ ਆ ਹੂੰ ਦਿਨੇ ਤਰੋਂ ਦਿਨ ਚੜਿਆ ਤੇ ਮੇਰੇ ਚਾਚਾ ਜੀ ਬੂਟਾ ਸਿੰਘ ਉਹ ਮੁਲਾਕਾਤ ਤੇ ਗਏ ਮੁਲਾਕਾਤ ਤੇ ਗਏ ਤੇ ਤਰ ਉਹਨੇ ਮੁਲਾਕਾਤ ਦੇਖਣ ਗਿਆ ਕਹਿੰਦੇ ਉਹ ਸਰਤਾ ਕੱਲ ਦਾ ਹਾਂ ਨਹੀਂ ਚੰਗੀ ਗੱਲ ਘਰ ਗਿਆ ਹੀ ਨਹੀਂ ਉਹ ਇਹਨਾਂ ਮਾਰ ਨਾ ਦਿੱਤਾ ਹੋਵੇਗੇ ਨੇ ਹੂੰ ਚਲੋ ਜੀ ਆ ਥਾਣੇ ਆਏ ਸਦਰ ਸਾਰੇ ਜੇ ਅੰਦਰ ਨੂੰ ਮੈਂ ਬੈਠਾ ਐ ਇਹ ਅੰਦਰ ਮੈਨੂੰ ਬਾਹਰ ਨਾ ਮੁੰਸੀ ਵਾਲੇ ਕਮਰੇ ਚ ਭਾਇਆ ਐ ਚਲੋ ਮੈਨੂੰ ਇੰਸਪੈਕਟਰ ਸਾਹਿਬ ਕਹਿੰਦਾ ਸੰਗਾ ਜੇ ਕੋਈ ਮਾੜੇ ਕੰਮ ਨਾ ਕਰਿਓ ਪਿੰਡ ਨੂੰ ਵਾਲੇ ਕਰਤਾ ਪੰਚਾਇਤ ਦੇ ਹੂੰ ਕਹਿੰਦਾ ਲੈ ਜੋ ਇਹਨੂੰ ਮੈਨੂੰ ਕਹਿੰਦਾ ਤੂੰ ਇਹ ਨਾ ਇਤਰਾ ਕਰਦਾ ਇੱਕ ਮਹੀਨਾ ਥਾਣੇ ਆਉਣਾ ਹਾਜ਼ਰੀ ਲਾਉਣੀ ਰੋਜ਼ ਹੂੰ ਚਲੋ ਮੈਂ ਇੱਕ ਮਹੀਨਾ ਹਾਜ਼ਰੀ ਲਾਉਂਦਾ ਰਿਆ ਰੋਜ਼ ਦਿੱਲੀ ਆਉਂਦਾ ਰਿਆ ਹਾਜ਼ਰੀ ਲਾ ਕੇ ਮੈਂ ਗਾਂ ਜਾ ਕਰਨਾ ਹੌਲੀ 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 ਕਰਦਾ ਕਰਦਾ ਮੁੜ ਕੇ ਮੈਂ ਰਾਜਨੀਤੀ 'ਚ ਪੈ ਗਿਆ ਜੀ ਹੂੰ ਹੂੰ ਰਾਜਨੀਤੀ ਮੈਂ ਮਾਨ ਸਾਹਿਬ ਨਾਲ ਕਾਫੀ ਚੱਲਿਆ ਠੀਕ ਆ ਜੀ ਮਾਨ ਸਾਹਿਬ ਨਾਲ ਮਰਿਆ ਉਹ ਤੋਂ ਮਨਜੀਤ ਸਿੰਘ ਮਨ ਹਾਂਜੀ ਮਾਨ ਸਾਹਿਬ ਨਾਲ ਉਹ ਤੋਂ ਬਾਅਦ ਮੇਰਾ ਟੋਰਾ ਸਾਹਿਬ ਨਾਲ ਬਹੁਤ ਪਿਆਰ ਪੈ ਗਿਆ ਹੂੰ ਟੋਰਾ ਸਾਹਿਬ ਨਾਲ ਪੈ ਗਿਆ ਗਿੱਲ ਸਾਹਿਬ ਨਾਲ ਪੈ ਗਿਆ ਭਾਈ ਮਜੀਦ ਸੋਣਾ ਪੈ ਗਿਆ ਮੁੜ ਕੇ ਸਾਡੀ ਬਾਬਾ ਪਾਰਟੀ ਮੈਂ ਪਾਰਟੀ ਚ ਚੰਗਾ ਰਿਆ ਜੀ ਸੇਵਾ ਕਰਦਾ ਰਿਹਾ ਲੋਕਾਂ ਦੀ ਜੀ ਉਹ ਤੋਂ ਬਾਅਦ ਮਾਨ ਸਾਹਿਬ ਤੋਂ ਹੌਲੀ 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 ਮੈਂ ਫੇਰ ਮੁੜ ਕੇ ਫਿਰ ਸ਼੍ਰੋਮਣੀ ਅਕਾਲੀ ਦਰਚ ਵਿੱਚ ਸ਼ਾਮਲ ਹੋ ਗਿਆ ਹੂੰ ਅਕਾਲੀ ਦਰ ਦੇ ਵਿੱਚ ਮੈਂ ਪਰੰਪਰਾ ਜੀ ਨਾਲ ਕਾਫੀ ਚਿਰ ਮੈਂ ਰਿਆ ਰਾਲ ਪਾਰਟੀ ਸੇਵਾ ਕਰਦਾ ਰਿਹਾ ਆਖੀਰ ਦੇ ਉੱਤੇ ਉਹਨਾਂ ਨੇ ਪਛਾਲਣ ਤੋਂ ਬੰਦ ਕਰਤਾ ਹਾਂ ਬਸ ਪਤਾ ਗੱਲ ਦੇ ਕੋ ਇਨਕਾਰ ਕਰਤਾ ਦੇਖੋ ਮੈਂ ਦੱਸਦਾ ਬ੍ਰਹਮਪਰਾ ਜੀ ਨੂੰ ਉਮਰ ਜ਼ਿਆਦੀ ਹੋ ਗਈ ਉਹਨਾਂ ਦੀ ਹਮ ਉਮਰ ਉਹਨਾਂ ਦੀ ਇੰਨੀ ਹੋ ਗਈ ਆ ਨਾ ਹੁਣ ਪਤਾ ਨਹੀਂ ਲੱਗਦਾ ਸੰਘਾ ਕੌਣ ਆ ਤੇਮਿੰਦਰ ਸੌਂ ਕੌਣ ਆ ਹਮ ਉਮਰ ਜ਼ਿਆਦੀ ਹੋ ਗਈ ਹਾਂ ਤੋ ਤਰ ਉਮਰ ਤੋਂ ਬੰਦਾ ਜ਼ਿਆਦਾ ਟੱਪ ਜਾਂਦਾ ਹੱਦ ਤੋਂ ਇਹ ਨਹੀਂ ਉਹਨੂੰ ਬੱਚਾ ਵਾਲੀ ਉਮਰ 'ਚ ਆ ਤਰੋ ਬੱਚਾ ਵਾਲੀ ਉਮਰ 'ਚ ਹੋ ਜਾਂਦਾ ਫਿਰ ਉਹਨੂੰ ਬੱਚੇ ਨੂੰ ਉਹ ਨਹੀਂ ਪਤਾ ਲੱਗਦਾ ਬੱਚੇ ਨੂੰ ਉਦੋਂ ਪਤਾ ਲੱਗਦਾ ਆ ਤਰੋ ਬੱਚਾ ਵੱਡਾ ਹੁੰਦਾ ਜਾਂਦਾ ਮੇਰੀ ਮਾਂ ਆ ਮੇਰਾ ਡੈਡੀ ਆ ਹੂੰ ਠੀਕ ਹੈ ਨਾ ਉਦੋਂ ਨੂੰ ਪਤਾ ਲੱਗਦਾ ਹੁਣ ਪਰੰਪਰਾ ਸਾਹਿਬ ਨੂੰ ਸਾਰਾ ਕੁਝ ਭੁੱਲ ਗਿਆ ਪਿਛਲਾ ਨਹੀਂ ਪਰੰਪਰਾ ਸਾਹਿਬ ਨੂੰ ਭੁੱਲ ਗਿਆ ਪਰ ਉਹਨਾਂ ਦੇ ਪੁੱਤੇ ਤਾਂ ਤੁਹਾਡੇ ਨਾਲ ਆ ਕੇ ਤਸਵੀਰਾਂ ਖਿਚਾਉਂਦੇ ਨੇ ਹਾਂ ਹਾਂ ਪੁੱਤਰ ਹੀ ਆਏ ਜੀ ਪਰੰਪਰਾ ਜੀ ਦੇ ਫੋਟੋ ਕਰਾ ਕੇ ਗਏ ਮੈਂ ਨਾ ਫੋਟੋ ਕਰਾਈਆਂ ਉਹਨਾਂ ਨੇ ਕਹਿੰਦੇ ਸੰਗਾ ਜੀ ਫੋਟੋ ਕਰਾਈਏ ਮਾਂ ਬਾਪੂ ਦਾ ਕੀ ਹਾਲ ਹੈ ਕਹਿੰਦੇ ਬਾਪੂ ਚੜ੍ਹਦੀ ਕਲਾ ਤੈਨੂੰ ਯਾਦ ਕਰਦਾ ਰਹਿੰਦਾ ਆ ਮੈਂ ਨਹੀਂ ਅੱਗੇ ਕੁਝ ਬੋਲਿਆ ਮੈਂ ਠੀਕ ਹੈ ਜੋ ਦੱਸੋ ਵੀ ਤੁਹਾਡੇ ਜਿਹੜੇ ਬੇਟਾ ਜੀ ਆ ਹੂੰ ਉਹਨਾਂ ਦੀ ਸਿਹਤ ਠੀਕ ਨਹੀਂਗੀ ਹਾਂ ਜੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੇਖਿਆ ਤੁਹਾਡਾ ਬੇਟਾ ਜਿਹੜਾ ਉਹ ਬਿੱਡ ਤੇ ਪਿਆ ਹੁੰਦਾ ਮੁੰਜੇ ਤੇ ਪਿਆ ਹੁੰਦਾ ਹਾਲਤ ਕਾਫੀ ਮੈਨੂੰ ਨਾਜ਼ੁਕ ਲੱਗੀ ਅਸੀਂ ਚਾਹੁੰਦੇ ਜੀ ਕੋ ਤੰਦਰੁਸਤ ਹੋ ਜਾਣ ਸਾਡੀ ਅਰਦਾਸ ਆ ਕਿ ਰੋਕੀਆ ਦੇਖੋ ਜੀ ਬੇਟਾ ਮੇਰਾ ਕਰੋ ਤਰਨਤਨ ਸਿਵਲ ਹਸਪਤਾਲ ਵਯਾ ਨਾ ਨਰਸਾਂ ਕੋਲ ਦਾਬ ਆ ਗਈ ਸ਼ੇਰ ਨੂੰ ਅਸ਼ੋ ਜੀ ਸ਼ੇਰ ਨੂੰ ਦਾਬ ਆ ਗਈ ਆ ਤੇ ਮੈਂ ਪਹਿਲੋ ਸੋਚਦਾ ਰਿਹਾ ਅੱਜ ਠੀਕ ਹੋ ਜੂ ਕੱਲ ਹੋ ਜੂ ਅਰੇ ਮੈਨੂੰ ਉਹ ਬੱਚਾ ਨਾ ਹੁਣ ਬੇਟਾ ਅਗਰ ਮੰਜੇ ਤੇ ਰਿੰਦਾ ਜਾਂਦਾ ਅੱਛਾ ਜੀ ਹਾਂ ਤੇ ਡਾਕਟਰ ਕੀ ਕਹਿੰਦੇ ਨੇ ਅਰੇਖੋ ਡਾਕਟਰ ਕਹਿੰਦੇ ਠੀਕ ਹੋਜੂ ਠੀਕ ਹੋਜੂ ਚਲੋ ਆਣੀ ਗੁਰੂ ਦੇ ਭਰੋਸਾ ਕਰੀਦਾ ਮਹਾਰਾਜ ਤੇ ਕਰੋ ਮਹਾਰਾਜ ਕਰੂਗਾ ਮੇਰਾ ਨਾ ਬਰਾ ਧਿਆਨ ਲੈਂਦਾ ਤਰੋਂ ਮੈਂ ਪਾਗ ਅੰਦਰ ਕਮਰੇ ਜੇ ਬੰਦਾ ਉਦੋਂ ਮੇਰਾ ਮਨ ਪਰ ਜਾਂਦਾ ਹੂੰ ਬੇਟੇ ਨੂੰ ਦੇਖ ਕੇ ਮਨ ਜਪਰਦਾ ਤੁਸੀਂ ਭਾਵਕ ਹੋ ਗਏ ਹਾਂ ਐ ਐ ਭਾਵਕ ਨਾ ਹੋ ਭਾਵਕ ਨਹੀਂ ਹੋਣਾ ਹੂੰ ਸਭ ਕੁਝ ਠੀਕ ਹੋਊਗਾ ਮੇਰਾ ਨਾ ਉਦੋਂ ਮਨ ਪਰਦਾ ਤੇ ਬਹੁਤ ਮੈਂ ਵੱਡਾ ਜੇਰਾ ਕਰਕੇ ਫਿਰ ਮਤ ਤੁਰਿਆ ਫਿਰਦਾ ਲੋਕਾਂ ਚ ਹਾਂ ਕਿੰਨੀ ਉਮਰਾਂ ਬੇਟੇ ਦੀ ਬੇਟਾ 4 ਛਾਲਦਾ ਤੇ ਡਾਕਟਰ ਕੀ ਕਹਿੰਦੇ ਡਾਕਟਰ ਕਹਿੰਦੇ ਠੀਕ ਹੋ ਜਾਊਗਾ ਤੁਰ ਪੈ ਤੁਰ ਕਿੰਨੇ ਕੇ ਸਮੇਂ ਦੇ ਵਿੱਚ ਡਾਕਟਰ ਬਾਸੇ ਮੈਨੂੰ ਭਰੋਸਾ ਦੇ ਜਾਂਦੇ ਕਹਿੰਦੇ ਤੁਰ ਪਊਗਾ ਤੁਰ ਪਊਗਾ ਅੱਜ ਤੁਰ ਪਊ ਕੱਲ ਤੋ ਤੇ ਇਲਾਜ ਕਿੱਥੋਂ ਚੱਲਦਾ ਮੇਰਾ ਨਾ ਅੰਮ੍ਰਿਤਸਰੋਂ ਚੱਲਦਾ ਜੀ ਅੱਛਾ ਹਾਂ ਚਲੋ ਸਾਡੀ ਅਰਦਾਸ ਆ ਕਿ ਤੁਹਾਡਾ ਬੇਟਾ ਬਿਲਕੁਲ ਤੰਦਰੁਸਤ ਹੋ ਜਾ ਜੜ ਦੀ ਕਲਾਂ ਦੇ ਵਿੱਚ ਰਹੇ ਰਾਇ ਗੁਰੂ ਸਾਹਿਬ ਮਿਹਰ ਕਰੇ ਤੇ ਅਸਲੀ ਨਾ ਮੈਨੂੰ ਕਹੇ ਟਾਈਮ ਤੇ ਬਰਾ ਮਨ ਤੇ ਬੜੀ ਠੋਕਰਾਂ ਭਜਦੀਆਂ ਆ ਬੱਚੇ ਕਰਕੇ ਇਤੋਂ ਰਾਤ ਨੂੰ ਰੋਂਦਾ ਹੈ ਨਾ ਕਿ ਟਾਈਮ ਤੇ ਬੜਾ ਮਾਰ ਪੜਦਾ ਹੂੰ ਬਹੁਤ ਬਹੁਤ ਜ਼ਿਆਦਾ ਮਾਰ ਪੜਦਾ ਟਾਣਾ ਸਾਹਿਬ ਤੁਸੀਂ ਵੇਖੋ ਕਿੰਨੀ ਵੱਡੀ ਚੀਜ਼ ਐ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਨਾ ਗੱਲਾਂ ਨਾਲ ਜੋੜ ਕੇ ਵੇਖ ਰਹੀ ਆ ਕਿ ਜਦੋਂ ਆਡੀਓ ਵੀਡੀਓਜ਼ ਸ਼ੇਅਰ ਕਰਨ ਲੱਗਿਆ ਸੀ ਉਦੋਂ ਅਸੀਂ ਇਹ ਸੋਚਿਆ ਨਹੀਂ ਕਿ ਕੋਈ ਇਨਸਾਨ ਆਪਣੀ ਜ਼ਿੰਦਗੀ ਕਿਵੇਂ ਜਿਉ ਰਿਹਾ ਹੋਵੇਗਾ ਉਹਦੇ ਮੋੜੇ ਕੀ ਕੀ ਚੁਣੌਤੀਆਂ ਹੋਣਗੀਆਂ ਉਹਦੇ ਪਰਿਵਾਰਕ ਹਾਲਾਤ ਕਿਹੋ ਜਿਹੇ ਹੋਣਗੇ ਉਹ ਕਿਹੜੀਆਂ ਸਮੱਸਿਆਵਾਂ ਹਰ ਰੋਜ਼ ਵੇਖ ਰਿਹਾ ਹੋਵੇਗਾ ਅਸੀਂ ਸਿਰਫ ਆਪਣੇ ਸਵਾਦ ਲਈ ਆਪਣੇ ਮਜ਼ੇ ਲਈ ਆਪਣੇ ਕੁਝ ਕੁ ਲਾਈਕਸ ਤੇ ਕੁਝ ਕੁ ਵਿਊਜ਼ ਦਾ ਕਰਕੇ ਹਰ ਰੋਜ਼ ਹਰ ਰੋਜ਼ ਹਰ ਤੇ ਬਾਅਦ ਕਿਸੇ ਸ਼ਖਸ ਦਾ ਮਜ਼ਾਕ ਬਣਾਉਂਦੇ ਰਹੇ ਇਹ ਨਹੀਂ ਸੋਚਿਆ ਕਿ ਉਹਦੇ ਪਰਿਵਾਰਕ ਹਾਲਾਤ ਕਿਹੋ ਜਿਹੇ ਹੋਣਗੇ ਸੋ ਸਾਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਹੈ ਕੁਝ ਵੀ ਕਰਨ ਤੋਂ ਪਹਿਲਾਂ ਹਰ ਇੱਕ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਹਰ ਬੰਦਾ ਆਪਣੇ ਹਿਸਾਬ ਨਾਲ ਲੈ ਸਕਦਾ ਹੈ ਅਸੀਂ ਤੁਸੀਂ ਕੋਈ ਨਹੀਂ ਆ ਕਿਸੇ ਤੇ ਕਿੰਤੂ ਕਰਨ ਨੂੰ ਕਦੇ ਕਿਸੇ ਗੋਰੇ ਨੇ ਗੋਰੇ ਦਾ ਮਜ਼ਾਕ ਉਡਾਇਆ ਹੋਵੇ ਕਦੇ ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨੇ ਇਦਾਂ ਆਪਣੇ ਭਾਈਚਾਰੇ ਦਾ ਮਜ਼ਾਕ ਉਡਾਇਆ ਹੋਵੇ ਨਹੀਂ ਅਸੀਂ ਪੰਜਾਬੀ ਹੀ ਪੰਜਾਬੀ ਦਾ ਮਜ਼ਾਕ ਢਾਉਨੇ ਆ ਇਹ ਮੈਨੂੰ ਬੜੀ ਹੈਰਾਨ ਕਰਦੀ ਗੱਲ ਆ ਉਦਾਂ ਅਸੀਂ ਕਹਿੰਦੇ ਮਦਦਗਾਰ ਵੀ ਬਹੁਤ ਆ ਸੂਤ ਆਵੇ ਸੀ ਮਾੜੀ ਦੀ ਗੱਲ ਦਾ ਪਤਾ ਲੱਗੇ ਸੀ ਆਪਾਂ ਲੰਬ ਲਾ ਦਿੰਨੇ ਆ ਜੀ ਬਿਲਕੁਲ ਲੰਬ ਕੱਢ ਦਿੰਨੇ ਆ ਆਪਾਂ ਮਾੜੀ ਗੱਲ ਸੰਘਾ ਸਾਹਿਬ ਹੁਣ ਤੁਸੀਂ ਮਸ਼ਹੂਰ ਹੋ ਗਏ ਆ ਹਮ ਹਮ ਕਦੇ ਯਕੀਨ ਆਉਂਦਾ ਸੀ ਐ ਕੁਝ ਕੁ ਮਹੀਨੇ ਪਹਿਲਾਂ ਵੀ ਸੰਘਾ ਇੰਨਾ ਮਸ਼ਹੂਰ ਵੀ ਹੋ ਜੂ ਮੈਨੂੰ ਉਹ ਫੋਟੋਆਂ ਖਿਚਵਾਉਣਗੇ ਦਲਜੀਤ ਦਸਾਂਜ ਘਰੇ ਹੋ ਕੇ ਜਾਉ। ਘਰ ਆਇਆ ਮੇਰੇ ਕੋ ਹਾਂ ਘਰ ਆਇਆ। ਸੋਚਿਆ ਉਹਨਾਂ ਨੇ ਫਿਰ ਤੁਹਾਨੂੰ ਉਹਨਾਂ ਨੇ ਮੈਨੂੰ ਕਿਹਾ ਸੀ ਸੰਗਾ ਜੀ ਆਪਾਂ 4 ਮਹੀਨਿਆਂ ਨੂੰ ਫਿਲਮ ਕੱਢਾਂਗੇ। ਹਾਂ ਮੈਂ ਠੀਕ। ਆਪ ਬੁਲਾਇਆ ਮੈਨੂੰ ਅੰਦਰ ਬੈਠੇ ਰਹੇ ਬਾਸ ਖੁੱਲੀ ਬਾਤ ਸੱਚਾ। ਬੜਾ ਜਨ ਹਾਂ ਬਹੁਤ ਚਿਰ ਬੜੀਆਂ ਮੈਨੂੰ ਵਧੀਆ ਗੱਲਾਂ ਲੱਗੀਆਂ ਉਹਨਾਂ ਦੀਆਂ ਬੜਾ ਗੱਲਾਂ ਕੀਤੀਆਂ। ਤੇ ਫਿਰ ਮੈਂ ਸਾਰਾ ਉਹਨੂੰ ਜੇਲ੍ਹ ਦਾ ਇਤਿਹਾਸ ਹੀ ਦੱਸਿਆ ਆਪਣਾ ਤੇ ਮੈਂ ਇਨਾ ਸਮਾਂ ਜੇਲ੍ਹ ਚ ਰਿਹਾ ਇਤਰਾ ਇਤਰਾ ਮੈਂ ਕੀਤਾ ਸਾਰਾ ਕੁਝ। ਬੜਾ ਖੁਸ਼ ਹੋਇਆ। ਕਹਿੰਦਾ ਬਹੁਤ ਸੰਗਾ ਸਾਹਿਬ ਤੁਹਾਡੀ ਸੇਵਾ ਬੜੀਆ ਪੰਥ ਨੂੰ ਇੰਨੇ ਛੋਟੀ ਉਮਰ 'ਚ ਜੇਲ੍ਹ ਕਟਣੀ ਪਈ ਓਕੇ ਜੀ ਜੀ ਬਹੁਤ ਓਕੇ ਆ ਹੋਰ ਕਿਹੜੀਆਂ ਕਿੜੀਆਂ ਗੱਲਾਂ ਹੋਈਆਂ ਦਿਲਜੀਤ ਦੇ ਨਾਲ ਬਸ ਜਿਆਦਿਆਂ ਬੇਹੀ ਚੱਲੀਆਂ ਇਹ ਕਹਿੰਦਾ ਹੇ ਮੈਂ ਸੰਗਾ ਜੀ ਤੁਹਾਨੂੰ ਮਸ਼ਹੂਰ ਹੋ ਗਏ ਆ ਮਸ਼ਹੂਰ ਹੋ ਤਰੀ ਵਰਲਡ 'ਚ ਨਾ ਤੁਹਾਡਾ ਥੋੜੇ ਚਿਰ ਚਰਚਾਰ ਕੇ ਮੈਂ ਤੁਹਾਨੂੰ ਫਿਲਮ 'ਚ ਲਵਾਵਾਂਗਾ ਆਪਣੇ 'ਚ ਵਾਹ ਠੀਕ ਆ ਬਸ ਲਵਾਵਾਂਗਾ ਤੁਹਾਨੂੰ ਹਾਂ ਤੇ ਮੈਂ ਚਲੋ ਠੀਕ ਆ ਜੀ ਬਾਬਾ ਜੀ ਮਿਲੇ ਮੈਨੂੰ ਬਾਬਾ ਜੀ ਕੌਣ ਬਾਬਾ ਜੀ ਕਲਾਕਾਰ ਆ ਰਣਜੀਤ ਬਾਵਾ ਹਾਂ ਹਾਂ ਉਹ ਮਿਲੇ ਬੜੇ ਬੜਾ ਬਹੁਤ ਪਿਆਰ ਦਿੱ ਪੁੱਲਰ ਸਾਹਿਬ ਜੀ ਆਪਣੇ ਕਲਾਕਾਰ surjit pullar ਹਾਂ ਨਹੀਂ ਦੂਜੇ ਗੁਰਨਾਮ ਹਾਂ ਪੁੱਲਰ ਗੁਰਨਾਮ ਪੁੱਲਰ ਅੱਛਾ ਉਹਨਾਂ ਨੇ ਫਿਰ ਗਾਉਣਾ ਹੀ ਬੋਲਤਾ ਹੀ ਉੱਥੇ ਮੇਰਾ ਫਿਰ ਕਹਿੰਦਾ ਮਿੱਤਰਾਂ ਦਾ ਨਾਂ ਚੱਲਦਾ ਸੰਗਾ ਜੀ ਨਾਂ ਚੱਲਦਾ ਵਰਲਡ 'ਚ ਹਾਂ ਸਾਡਾ ਕਹਿੰਦਾ ਇੱਥੇ ਚੱਲਦਾ ਸੰਗਾ ਮਿੱਤਰਾਂ ਦਾ ਨਾਂ ਵਰਲਡ ਚੱਲਦਾ ਹੈ ਵਾਹ ਵਾਹ ਹਾਂ ਕਹਿੰਦਾ ਸੰਗਾ ਸਾਹਿਬ ਮੁੜ ਕੇ ਛੱਤੀ ਜੀ ਹਾਂ ਉਹਨਾਂ ਨੇ ਕਾਫੀ ਮੈਨੂੰ ਮਿਲੇ ਹਾਂ ਉਹਨਾਂ ਨੇ ਮੁੜ ਕੇ ਆਖਿਆ ਕਹਿੰਦੇ ਸੰਗਾ ਸਾਹਿਬ ਬਹੁਤ ਵਧੀਆ ਮੈਨੂੰ ਬੜੀ ਖੁਸ਼ੀ ਤੁਹਾਨੂੰ ਮਿਲੇ ਆ ਤਰੀ ਬੜਾ ਮਨ ਨੂੰ ਸ਼ਾਂਤੀ ਹੋਈ ਕਹਿੰਦੀ ਮੇਰੇ ਹੁਣ ਕਿਤੋਂ ਨਾ ਕਿਤੋਂ ਮਾ ਨਹੀਂ ਜੀ ਅਰੇ ਕੋਈ ਗੱਲ ਨਹੀਂ ਹਾਂ ਪਰ ਤੁਸੀਂ ਗਾਣਿਆਂ 'ਚ ਵੀ ਆਉਣ ਲੱਗ ਪਏ ਹੋ ਹੁਣ ਆਮੇ ਸੋਣਿਆ ਤੁਸੀਂ ਇੱਕ ਦੋ ਗਾਣਿਆਂ 'ਚ ਵੀ ਆ ਗਏ ਆ ਹਾਂਜੀ ਹਾਂਜੀ ਜਿੱਥੇ ਇੱਕ ਬੀਬੀ ਨੂੰ ਪਿੰਗ ਟਟਾਰੇ ਆ ਹਾਂ ਕੀ ਕਰੀਏ ਜੀ ਹੁਣ ਤਾਂ ਲੋਕ ਤੰਗ ਕਰਦੇ ਫੇਰ ਚਲੋ ਹਾਸੇ ਪੋਣੇ ਚਾਹੀਦੇ ਜਹਾ ਹਾਸਿਆਂ ਜੀ ਲੋਕ ਦੇਖੋ ਲੋਕ ਵਰਲਡ 'ਚ ਦੁਨੀਆ ਖੁਸ਼ ਹੋਈ ਆ ਕੱਲ ਮੈਨੂੰ ਕਿਸੇ ਨੇ ਵੀਡੀਓ ਭੇਜੀ ਥੋਡੀ ਅੱਛਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀਡੀਓ ਨੂੰ ਅੱਗੇ ਨਹੀਂ ਭੇਜਦਾ ਠੀਕ ਹੈ ਠੀਕ ਹੈ ਠੀਕ ਹੈ ਪਰ ਜਿਹਨੇ ਮੈਨੂੰ ਭੇਜੀ ਤੁਸੀਂ ਇੱਕ ਬੀਬੀ ਚੰਡੋਲਜੀ ਤੇ ਬੈਠੀ ਆ ਤੁਸੀਂ ਉਹਨੂੰ ਗੇੜੇ 'ਚ ਕਢਾਈ ਜਾਂਦੇ ਆ ਤੇ ਕਿਸੇ ਨੇ ਲਿਖਿਆ ਤੁਸੀਂ ਲਾਈ ਜਾਓ ਇੱਕ ਦੋ ਜਿਹੇ ਤਵਾ ਸੰਗਾ ਤਾਂ ਇਧਰ ਟੰਡੋਲਾ ਤੇ ਬਿਠਾਈ ਬੈਠਾ ਚਲੋ ਦੇਖੋ ਦੁਨੀਆ ਹੱਸਣੀ ਚਾਹੀਦੀ ਆ ਆ ਦੇਖੋ ਇੱਕ ਮਨ ਦੀ ਖਰਾਕ ਆ ਠੀਕ ਆ ਨਾ ਦੇਖੋ ਬੰਦੇ ਨੂੰ ਇੱਕ ਦੇਖੋ ਪਹਿਲੀ ਵਾਰੀ ਵਰਲਡ ਚ ਹੋਇਆ ਆ ਕਰੇ ਦੁਨੀਆ ਖੁਸ਼ ਨਹੀਂ ਹੋਈ ਜੀ ਠੀਕ ਆ ਨਾ ਹਾਂਜੀ ਪਹਿਲਾ ਬੰਦਾ ਆ ਕਿਨੇ ਦੁਨੀਆ ਵਰਲਡ ਚ ਦੁਨੀਆ ਹੱਸੀ ਹਾਂ ਠੀਕ ਆ ਮੈਨੂੰ ਬਾਹਰੋਂ ਫੋਨ ਆਉਂਦੇ ਕਹਿੰਦੇ ਸੰਗਾ ਜੀ ਸਾਡੇ ਬੱਚੇ ਬਹੁਤ ਸੁਣਦੇ ਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਕਦੇ ਨਹੀਂ ਬਾਹੂ ਕਦੇ ਨਹੀਂ ਕਦੇ ਨਹੀਂ ਕਦੇ ਨਹੀਂ ਹਾਂ ਕਹਿੰਦਾ ਸੰਗਾ ਸਾਹਿਬ ਕਰਿਆ ਇਹਦੇ ਇਟਾ ਹੱਸੇ ਨਹੀਂ ਸਾਡੇ ਬੱਚੇ ਕਹਿੰਦਾ ਸੰਗਾ ਜੀ ਅੱਰੀ ਰਾਤ ਅਨੰਦਪੁਰ ਸਾਹਿਬ ਗਿਆ ਲੋਕਾਂ ਨੇ ਗੱਡੀ ਤੇ ਪਲੇਟਾਂ ਲਾਈਆਂ ਹਾਂ ਛੋਟੇ ਛੋਟੀਆਂ ਕਿਦਨ ਕਹੋ ਬਾਹੂ ਕਿਦਨ ਕਹੋ ਕਿਦਨ ਕਹੋ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਯਾਰ ਤੂੰ ਮੇਰੀਆਂ ਪਲੇਟਾਂ ਲਾਈਆਂ ਕਹਿੰਦੇ ਸੰਗਾ ਸਾਹਿਬ ਸਾਨੂੰ ਬੜੀ ਖੁਸ਼ੀ ਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਤਰੱਕੀਆਂ ਦੇ ਗਿਆ ਵਾਹ ਹਾਂ ਬੜਾ ਲੋਕਾ ਟਰੈਕਟਰ ਲੈ ਕੇ ਇੱਕ ਦਿਨ ਕਹਿੰਨੇ ਟਰੈਕਟਰ ਲਿਆ ਜਰੰਦਰ ਉਹ ਇਥੋਂ ਹੀ ਹਾਂ ਉਹਨੇ ਟਰੈਕਟਰ ਲੈਂਦਾ ਲੈਂਦਾ ਤੇ ਪਹਿਲ ਉਹਨੂੰ ਬੁਲਾਇਆ ਤੇ ਉਹਨੇ ਆਖਿਆ ਇੱਥੇ ਗੱਡੀ ਦੇਖ ਕੇ ਸੰਗਾ ਕਿਦਨ ਕਹੋ ਕਿਦਨ ਕਹੋ ਅੱਛਾ ਜੀ ਹਾਂ ਨਵਾਂ ਟਰੈਕਟਰ ਲਿਆ ਉਹਦੇ ਟਰੈਕਟਰ ਤੇ ਗੱਡੀ ਦੇਖਿਆ ਦੇਖੋ ਕਿੰਨਾ ਲੋਕ ਪਿਆਰ ਕਰਦੇ ਜੀ ਹਾਂ ਹਾਂ ਲੋਕ ਬਹੁਤ ਪਿਆਰ ਦਿੰਦੇ ਨੇ ਨਹੀਂ ਲੋਕ ਪਿਆਰ ਹੀ ਕਰਨ ਇਹੀ ਅਸੀਂ ਚਾਹੁੰਦੇ ਹਾਂ ਲੋਕ ਖਿਲਾਫ ਨਾ ਹੋਣ ਜਿਹੜੇ ਫਰਕਾਰ ਆਉਂਦੇ ਤੁਹਾਡੇ ਕੋਲੇ ਹਾਂ ਉਹ ਸੰਘਾ ਬਾਉ ਨੂੰ ਚਾਰ ਛਿਲੜ ਵੀ ਦੇਖੇ ਜਾਂਦੇ ਕਿ ਜਫੀ ਅਗਲੀ ਚਲੋ ਮਹਾਰਾਜ ਗੁਰੂ ਸਾਹਿਬ ਮੇਰ ਕਰੇ ਉਹਨਾਂ ਤੇ ਦੇਖੋ ਗੱਲ ਮਾਇਆ ਦੀ ਨਹੀਂ ਹੁੰਦੀ ਗੱਲ ਪਿਆਰ ਹੋਣਾ ਚਾਹੀਦਾ ਠੀਕ ਆ ਪਿਆਰ ਆ ਮਾਇਆ ਦੇਖੋ ਜੀ ਕੋੜਿਆ ਬਹੁਤ ਸੋਚਣਾ ਵੀ ਦਵਾਈ ਬੂਟੀ ਵੀ ਲੈਣੀ ਆ ਆਪਾਂ ਜੋੜ ਵੱਦ ਪਰਿਵਾਰ ਦੇ ਵਿੱਚ ਹਾਂ ਬੇਟੇ ਦੇ ਲਈ ਵੀ ਚਾਹੀਦੇ ਆ ਬੇਟੇ ਦੇ ਖਰਚਾ ਮਦਦ ਕਰਦੇ ਆ ਕਈ ਸੱਜਣ ਬੇਲੀ ਕਰ ਦਿੰਦੇ ਆ ਜੀ ਮੇਰੇ ਮਿੱਤਰ ਪਿਆਰੇ ਕੇ ਲਈ ਕਿਤਰਾ ਬਾਹਰ ਬੈਠੇ ਮੁੰਡੇ ਠੀਕ ਆ ਨਾ ਕਈ ਕਰ ਦਿੰਦੇ ਆ ਹਮਮ ਕਈ ਮੇਰੀ ਮੱਤ ਬੇਟੇ ਦੀ ਕਰਦੇ ਆ ਠੀਕ ਹੈ ਨਾ ਤੇ ਮੈਂ ਦੇਖੋ ਮੈਂ ਕਰਨਾ ਆਂਦਾ ਠੱਗੀ ਮਾਰਨੀ ਹੁੰਦੀ ਲੁੱਟਣਾ ਦਾ ਲੋਕਾਂ ਨੂੰ ਮੈਂ ਬੜਾ ਤਗੜਾ ਬੰਗਲਾ ਬਣਾ ਲੈਂਦਾ ਸਾਈ ਬੰਗਲਾ ਪਹਿਲੀ ਮੈਂ ਖਰੀਦ ਲੈਂਦਾ ਮੈਂ ਲੁੱਟਿਆ ਨਹੀਂ ਕਿਨੂੰ ਚ ਤੁਸੀਂ ਵੈਸੇ ਕੀ ਕਾਰੋਬਾਰ ਕਰਦੇ ਹੋ ਰੋਟੀ ਪਾਣੀ ਕਿਵੇਂ ਚੱਲਦਾ ਤੇ ਮੇਰੇ ਕੋਲ ਪਹਿਲੀ ਆ ਜੀ ਖੇਤੀ ਥੋੜੀ ਜੀ ਕਿੱਲਾ ਪਹਿਲੀ ਆ ਹੂੰ ਠੀਕ ਆ ਜੀ ਉਹ ਪਹਿਲੀ ਚ ਮੈਂ ਚਲੋ ਗੁਰੂ ਸਾਹਿਬ ਦੀ ਮਿਹਰ ਆ ਦੇਖੋ ਕਹਿੰਦੇ ਨੇ ਸਿੱਖਾਂ ਦੇ ਘਰ ਜਨਮ ਲਿਆ ਨਾ ਕਿਹਰੇ ਬੰਦੇ ਨੇ ਉਹ ਭੁੱਖਾ ਨਹੀਂ ਮਰ ਜਾਂਦਾ ਬਿਲਕੁਲ ਰਾਜ ਕੇ ਰੋਟੀ ਖਾਂਦਾ ਬਰਾਜ ਜਿਕੇ ਆਪਨੇ ਮਿਹਨਤ ਕਰੇ ਤੇ ਭੁੱਖਾ ਨਹੀਂ ਮਰਦਾ ਜੀ ਬਿਲਕੁਲ ਠੀਕ ਹੈ ਨਾ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਸਿੱਖ ਨੂੰ ਕਿਹੜਾ ਬੰਦਾ ਗੁਰੂ ਤੇ ਭਰੋਸਾ ਕਰ ਗਿਆ ਗੁਰੂ ਨੂੰ ਮੰਨਣ ਵਾਲਾ ਉਹ ਕਰੀ ਡੋਲੂ ਨਹੀਂ ਕਰੀ ਭੁੱਖਾ ਨਹੀਂ ਮਰੂ ਉਹ ਉਹਨੂੰ ਗੁਰੂ ਸਾਹਿਬ ਕੇ ਪਾਸੇ ਗੁਰੂ ਪੇਠ ਨਹੀਂ ਲੱਗਣ ਦੇਂਦੇ ਮਹਾਰਾਜ ਉਹ ਪਿੱਛੇ ਆ ਬੰਦੇ ਸੀ ਹੁਣ ਤੁਹਾਡੀ ਸਿਆਸੀ ਪਾਰਟੀ ਵਾਲੇ ਤੁਹਾਨੂੰ ਬੁਲਾਉਂਦੇ ਕਿ ਨਹੀਂ ਵੀ ਆਜੋ ਹੁਣ ਤਾਂ ਮਸ਼ਹੂਰ ਹੋ ਗਏ ਆ ਹੁਣ ਤਾਂ ਭਾਈ ਸਾਨੂੰ ਵੀ ਲੋੜ ਆ ਸਾਰੇ ਬਰਾਬਰ ਜਿਹਦੇ ਆ ਆਪਾਂ ਦੇਖੋ ਜੀ ਮੈਨੂੰ ਆਮ ਪਾਰਟੀ ਵਾਲੇ ਜਿਆਦਾ ਸਾਦਾ ਦਿੰਦੇ ਆ ਅੱਛਾ ਹਾਂ ਮੇਰੇ ਬਰਾ ਮਿੱਤਰਿਆ ਮੇਰੇ ਸਨਮ ਖੇਮ ਕਰਨ ਤੋਂ ਜਿੱਤਿਆ ਅੱਛਾ ਮੇਰਾ ਬਹੁਤ ਪਿਆਰਾ ਭੁੱਲਰਜੀ ਆ ਲਾਲਜੀ ਉਹ ਪੱਟੀ ਤੋਂ ਜਿੱਤੇ ਆ ਆਮ ਪਾਰਟੀ ਵਾਲੇ ਬਹੁਤ ਭੁੱਲਰਜੀ ਬਹੁਤ ਵਧੀਆ ਮਿੱਤਰ ਆ ਮੇਰਾ ਸਾਡੇ ਖਰੂਰ ਸਾਹਿਬ ਹਲਕੇ ਤੋਂ ਮਨਜਿੰਦਰ ਸਿੰਘ ਲਾਲਪਰਾ ਸਾਹਿਬ ਆ ਬਹੁਤ ਵਧੀਆ ਮੈਨੂੰ ਫੋਨ ਆਉਂਦੇ ਰਹਿੰਦੇ ਸਾਰਿਆਂ ਦੇ ਡਾਇਰੈਕਟਰ ਡਾਇਰੈਕਟਰ ਛੋਹ ਲਿਆ ਕਸ਼ਮੀਰ ਤੋਂ ਸੋਲ ਤਰਨਤਨ ਤੋਂ ਮੈਨੂੰ ਕਰਦੇ ਰਹਿੰਦੇ ਆ ਸੰਗਾ ਜੀ ਆ ਜਾਓ ਹੁਣ ਸਾਡੀ ਪਾਰਟੀ ਨਾਲ ਖੜ ਜਾਓ ਆਗੇ ਯਾਰ ਤੇ ਮੈਂ ਕਿਹਾ ਠੀਕ ਆ ਚੜਦੀ ਕਲਾ ਕੋਈ ਗੱਲ ਨਹੀਂ ਤੁਸੀਂ ਕਿਹਾ ਕਿਦਣ ਕਹੋ ਹਾਂ ਨਹੀਂ ਇੱਕ ਦਿਨ ਹੋਇਆ ਜੀ ਇਤਰਾ ਹੀ ਉੱਥੇ ਡਾਕਟਰ ਸਾਹਿਬ ਦੇ ਕਾਫੀ ਭੀੜ ਹੀ ਮੈਂ ਮਿਲਣ ਗਿਆ ਬਾਹਰ ਮੁਲਖ ਬੜਾ ਫੋਟੋ ਆ ਡੈ ਕੇ ਮੈਂ ਨਾ ਕਰੋ ਹੁਣ ਬੜੇ ਜੋਰ ਨਾਲ ਨਿਕਲਿਆ ਫੋਟੋ ਚ ਫੋਟੋ ਆ ਡੈ ਕੇ ਉਹ ਨਹੀਂ ਉਹਨਾਂ ਨਾਲ ਨਹੀਂ ਕਰਉਂਦੇ ਕਿੰਨੀ ਮਰਦਾ ਡੈ ਕੇ ਲੋਕ ਕਰੋ ਉੱਤੇ ਬਾਜੀ ਮੈਂ ਬੜੇ ਜੋਰ ਨਾਲ ਮੈਂ ਘੁਰਾ ਮੇਰਾ ਸਾਹ ਬੰਦ ਹੋ ਚਲਿਆ ਨਾ ਕਰੋ ਕਿੱਥੇ ਅਟਿਆ ਫਿਰ ਮੈਂ ਗੱਡੀ ਤੇ ਚੜਿਆ ਉੱਤੇ ਅੱਛਾ ਫਿਰ ਜਾ ਕੇ ਮੈਨੂੰ ਸਾਹ ਆਇਆ ਫੋਟੋਆਂ ਕਰਾਈ ਜਾਣ ਤਗੜੇ ਹੋ ਗਏ ਜੇ ਇਤਰਾ ਕਰਦੇ ਘੇਰਾ ਪਾ ਲੈਂਦੇ ਮੈਨੂੰ ਹੂੰ ਬਹੁਤ ਸਰ ਬਹੁਤ ਰੱਖਣੇ ਪੈਣੇ ਹੁਣ ਉਹ ਰੱਖਣੇ ਪੈਣਗੇ ਜੀ ਕਿਹ ਵਜ੍ਹਾ ਮਾਹੌਲ ਜਿਹਾ ਲੱਗਦਾ ਨਾ ਜੀ ਉਹ ਜ਼ਰੂਰੀ ਹੈ ਘੇਰਾ ਪਾ ਲੈਂਦੇ ਅੱਜ ਫੋਟੋ ਕਰਉਣ ਵਾਲੇ ਰੋਜ ਦੀ ਰੋਜ ਦੀ 500 ਫੋਟੋ ਹੋ ਜਾਂਦੀ ਹੈ ਕਿਹ ਟਾਈਮ ਤੇ ਜ਼ਿਆਦਾ ਹੋ ਜਾਂਦੀ ਹੈ ਅੱਛਾ ਆਨੰਦਪੁਰੇ ਆਨੰਦਪੁਰ ਸਾਹਿਬ ਤੇ ਮੇਰੇ ਹਿਸਾਬ ਨਾਲ 25000 ਫੋਟੋ ਇੱਕੇ ਦਿਨ ਹੀ ਹੋ ਗਈ ਵਾਹ ਇੱਕੇ ਦਿਨ ਹੀ ਜੀ ਆਨੰਦਪੁਰ ਸਾਹਿਬ ਤਰੋਂ ਮੈਂ ਕਿੱਥੇ ਰੁਕਿਆ ਨਾ ਮੈਂ ਕਮਰੇ ਚ ਹੂੰ ਉਹ ਲੋਕਾਂ ਨੇ ਖਬਰਾਂ ਸ਼ੇਅਰ ਕਰਤੀਆਂ ਸੰਗ ਆਨੰਦਪੁਰ ਸਾਹਿਬ ਮੱਥਾ ਟੇਕਣ ਦੇ ਆ ਉਹ ਬਾਬਿਆਂ ਦੀ ਸਰਾਂ ਲੱਭ ਲਈ ਆ ਗਏ ਉਹਨਾਂ ਹੂੰ ਮੈਚ ਹੁੰਦਾ ਅੰਦਰ ਬੂਏ ਪਰ ਨਹੀਂ ਜਾਂ ਮੈਂ ਕੀਤਾ ਮੈਂ ਬਾਹਰ ਮੁੰਡੇ ਨੂੰ ਆਇਆ ਕਹਿੰਦਾ ਫੋਟੋ ਕਰਾਉਣ ਆ ਲੈ ਕੇ ਸੰਗਾ ਦੇ ਬਾਹਰ ਭੀੜ ਲੱਗੀ ਆ ਮੈਂ ਬਾਹਰ ਨਿਕਲਿਆ ਕਹਿੰਦੇ ਫੋਟੋ ਕਰਾਓ ਭਾਈ ਮੈਂ ਹੁਣ ਕਰਾਉਣੀ ਪੈਣੀ ਐ ਇਹਨਾਂ ਨੂੰ ਚਾਰਾਂ ਨੂੰ ਚਲੋ ਮੈਂ ਬਾਹਰ ਫੋਟੋ ਡੈਗਿਆ ਕਰਾਉਣ ਹਟਣਾ ਹੋਰ ਤੁਰੇ ਹੁਣ ਮੁੜ ਕੇ ਮੈਂ 2 ਵਜੇ ਰਾਤ ਰਾਤ ਦੇ ਫੇਰ ਫੋਟੋ ਡੈਗੇ ਕਰਾਉਣ ਫੇਰ ਮੈਂ ਕੁੰਡੀ ਲਾ ਲਈ ਫੇਰ ਅੰਦਰ ਮੈਂ ਨਈ ਨਾਨੀ ਹਟਣਾ ਹੁਣ ਦਿਨੇ ਤਰ ਮੈਂ ਮੱਥਾ ਟੇਕਣ ਲੱਗਾ ਚੱਲਦਾਂ ਫੇਰ ਚਾਰ ਪੰਜ ਸਿੰਘ ਹਰਾਲ ਮੇਰੇ ਮੱਥਾ ਟੇਕਣ ਲੱਗੇ ਫੇਰ ਚੱਲੰਦੇ ਹੂੰ ਫੇਰ ਅੱਗੇ ਹੁੰਦੇ ਗਏ ਫੋਟੋਆਂ 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 ਪਿਆਰਾ ਲੋਕਾਂ ਦਾ ਪਿਆ ਇਹਨਾਂ ਪਿਆਰ ਕਰਦੇ ਫੇਰ ਮੰਦਰ ਤਰੋ ਸੱਚਖੰਡ ਤੇ ਜਾਣਾ ਸੀ ਉੱਥੇ ਮੈਨੂੰ ਬਾਗੇ ਬਾਹਰ ਫੋਟੋਆਂ ਕਰਾਈ ਜਾਣ ਹੂੰ ਸਾਰੇ ਫੇਰ ਆ ਨਹੀਂ ਫੇਰ ਹਰ ਬੱਚੇ ਨੂੰ ਪਤਾ ਆ ਛੋਟੇ ਜਿਹੇ ਬੱਚੇ ਸੀ ਤਿੰਨ ਮੇਰੇ ਕੋਲ ਫੋਟੋ ਆ ਰਹੀ ਐ ਤੇ ਮੈਂ ਜਾਣ ਲਿਆ ਉਹ ਪਰੇ ਬੈਠੇ ਸੀ ਕਹਿੰਦਾ ਮੰਮੀ ਉਹ ਖੱਡੇ ਪੱਗ ਵਾਲੇ ਜਾਣਦੇ ਕੌਣ ਆ ਸੰਘਾ ਅੰਕਲ ਹੀ ਹੂੰ ਕਿਹੜਾ ਟਿਕ ਟੋਕ ਤੇ ਮਸ਼ਹੂਰ ਆ ਆਪਣੇ ਮੰਮੀ ਫੋਟੋ ਕਰਾ ਮੰਮੀ ਫੋਟੋ ਕਰਾਉਣੀ ਜ਼ਰੂਰੀ ਹਾਂ ਫੋਟੋ ਕਰਾਈ ਜੀ ਤੇ ਸੰਗਾ ਸਾਹਿਬ ਤੁਸੀਂ ਬੰਦੇ ਭਲੇ ਮਾਨਸਾ ਦਿਲ ਦੇ ਸਾਫ ਹੋ ਦਿਲ ਦੇ ਸਾਫ ਹੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਹਾਡਾ ਬੇਟਾ ਜਲਦੀ ਤੰਦਰੁਸਤ ਹੋਵੇ ਜੀ ਇਹਦੀ ਅਸੀਂ ਅਰਦਾਸ ਕਰਦੇ ਕਾਮਨਾ ਕਰਦੇ ਹਾਂ ਬਹੁਤ ਸ਼ੁਕਰੀਆ ਤੁਹਾਡਾ ਤੇ ਸੱਚ ਸੱਚ ਦੱਸਿਓ ਹਾਂ ਬਿਲਕੁਲ ਸੱਚ ਚਾਚਾ ਦਾ ਵਿਚਾਰ ਕਦੇ ਦੇਖਿਆ ਸੀ ਕਿ ਨਹੀਂ ਪਹਿਲਾਂ ਨਹੀਂ ਤੁਹਾਡਾ ਸਾਨੂੰ ਕਦੇ ਦੇਖਿਆ ਸੀ ਪਹਿਲਾਂ ਕਿ ਨਹੀਂ ਜੀ ਬਹੁਤ ਵਧੀਆ ਸੋਚ ਲੱਗੀ ਤਾਣਾ ਜੀ ਤੇ ਭਾਂਜੇ ਇਹਨਾਂ ਦੇ ਬਹੁਤ ਵਧੀਆ ਸੋਚ ਲੱਗੀ ਬੜਾ ਮਨ ਖੁਸ਼ ਹੋਇਆ ਠੀਕ ਹੈ ਪਹਿਲਾਂ ਕਦੇ ਵੀਡੀਓ ਦੇਖੀ ਸੀ ਕੋਈ ਪ੍ਰੋਗਰਾਮ ਦੇਖਿਆ ਸੀ ਕਦੇ ਮੈਨੂੰ ਕਦੀ ਫੋਨ ਤੇ ਵੇਖਿਆ ਬੜਾ ਦੇਖਿਆ ਜੀ ਬੜਾ ਮੈਂ ਰੋਜ਼ ਕੱਢ ਕੇ ਮੈਂ ਚੈੱਕ ਕਰਦਾ ਰਹਿੰਦਾ ਤੁਹਾਡੀ ਬਹੁਤ ਮਸੂਲੀ ਹੈ ਬਹੁਤ ਚਲੋ ਉਹ ਤਾਂ ਮਿਹਰਬਾਨੀ ਗੁਰੂ ਸਾਹਿਬ ਦੇ ਬੜੀ ਮਸੂਰਿਆ ਤੇ ਤੁਸੀਂ ਗਾਇਕੀ ਗੀਤਕਾਰੀ ਨਾਲ ਰਾਜਨੀਤੀ ਨਾਲ ਉਹਨੇ ਸਰਗਰਮੀ ਨਾਲ ਨਹੀਂ ਜੁੜੇ ਸ਼ਾਇਦ ਕਦੇ ਨਿਗਾਹ ਨਾ ਪਈ ਹੋਵੇ ਜੀ ਨਹੀਂ ਮੈਂ ਜਰੂਰ ਤੁਹਾਨੂੰ ਚੈੱਕ ਕਰਦਾ ਰਿਹਾ ਜੀ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਨਾ ਆ ਤੁਸੀਂ ਜ਼ਿੰਦਾਬਾਦ ਰਹੋ ਗੁਰੂ ਸਾਹਿਬ ਬਾਬਾ ਬੁੱਢਾ ਸਾਹਿਬ ਮਿਹਰ ਕਰੇ ਤੁਹਾਡੇ ਤੇ ਚੜ੍ਹਦੀ ਕਲਾ ਰਹੋ ਇਥੇ ਬੜੀ ਸੇਵਾ ਕਰਦੇ ਰਹਿ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮਾੜੇ ਵਿਚਾਰ ਮਨ ਚ ਨਹੀਂ ਆਉਂਦੇ ਨੇ ਚੜ੍ਹਦੀ ਕਲਾ ਜਿੰਦਗੀ ਦਾ ਕਦੇ ਨੁਕਸਾਨ ਨਹੀਂ ਕਰਨਾ ਲੋਕਾਂ ਦੇ ਤਾਂ ਕੁਝ ਨਾ ਕੁਝ ਕਹਿੰਦੇ ਹੀ ਰਹਿਣਾ ਹਾਂ ਜੀ ਬਸ ਆਪਣੀ ਚਾਲ ਕਿ ਮੈਂ ਖੁਦ ਨੂੰ ਖਤਮ ਕਰਨਾ ਚਾਹਿਆ ਮੈਂ ਪਿਸਤੌਲ ਲਿਆਂਦਾ ਕਿ ਮੈਨੂੰ ਬੜਾ ਮਾਰਾ ਲੱਗਾ ਪਰ ਤੁਸੀਂ ਚੜ੍ਹਦੀ ਕਲਾ ਚ ਰਹੋ ਜਿੰਦਾਬਾਦ ਰਹੋ ਹਾਂ ਠੀਕ ਹੈ ਜੀ ਦੁਬਾਰਾ ਜਦੋਂ ਮੌਕਾ ਮਿਲੇ ਆਪਾਂ ਫਿਰ ਵਿਚਾਰਾਂ ਦੀ ਗੱਲਸ ਪਾਵਾਂਗੇ ਸੋ ਫਿਲਹਾਲ ਪ੍ਰੋਗਰਾਮ ਨੇ ਇੱਥੇ ਹੀ ਸਮੇਟਦੇ ਹਾਂ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਛੱਡਦੇ ਹੀ ਪਹਚਾਇਓ ਤਿੰਨਾਂ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਚੰਚੀ ਦਾ ਵੀ ਚਾ